ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡਾ ਗੁਰਲਾਲ ਓਪਨ ਪਲੈਟਫਾਰਮ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਜਸ ਪੰਜਾਬੀ ਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਕੈਲੀਫੋਰਨੀਆ ਸਟੂਡੀਓ ਚੋਂ ਦਰਸ਼ਕੋ ਪਿਛਲੇ 24 ਘੰਟਿਆਂ 'ਚ ਜਦੋਂ ਆਪਾਂ ਪ੍ਰੋਗਰਾਮ ਫਿਨਿਸ਼ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਨਵਾਂ ਹੋ ਗਿਆ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਇੱਕ ਮਾਣਮਤੀ ਸ਼ਖਸੀਅਤ ਜੁੜ ਗਏ ਨੇ ਫੋਨ ਦੇ ਉੱਤੇ ਇੰਡੀਆ ਤੋਂ। ਉਹ ਕਿਸੇ ਤਾਰੁਫ ਦੇ ਉਹਨਾਂ ਨੂੰ ਲੋੜ ਨਹੀਂ ਕਿਸੇ ਤਾਰੁਫ ਦੀ, ਪਰ ਫਿਰ ਵੀ ਐਜ਼ ਏ ਆਨਰ ਮੈਂ ਜ਼ਰੂਰ ਉਹਨਾਂ ਦਾ ਆਨਰ ਕਰੂੰਗਾ ਕਿ ਆਪਣੇ ਨਾਲ ਜੁੜ ਰਹੇ ਨੇ ਇੰਡੀਅਨ ਐਗਰੀਕਲਚਰ ਇਕੋਨਮਿਸਟ, ਰਾਈਟਰ, ਪੋਲੀਟੀਸ਼ੀਅਨ ਐਂਡ ਜਿਹੜਾ ਕਿ ਇਸ ਟਾਈਮ ਜਿਹੜੇ ਉਹ ਬਹੁਤ ਹੀ ਮੰਨੇ ਪ੍ਰਮੰਨੇ ਐਗਰੀਕਲਚਰ ਇਕੋਨਮਿਸਟ ਵੀ ਨੇ, ਮੇਰਾ ਕਹਿਣ ਤੋਂ ਮਤਲਬ ਡਾਕਟਰ ਸਰਦਾਰਾ ਸਿੰਘ ਜੌਹਲ, ਜਿਹੜੇ ਕਿ ਆਨਰੇਬਲ ਰਹਿ ਚੁੱਕੇ ਨੇ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ, ਅਤੇ ਉਸ ਤੋਂ ਬਾਅਦ ਦਾ ਫੋਰਮਰ ਡਾਇਰੈਕਟਰ ਆਫ ਸੈਂਟਰਲ ਬੋਰਡ ਆਫ ਰਿਜ਼ਰਵ ਬੈਂਕ, ਐਂਡ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਿ ਫੋਰਮਰ ਕੰਸਲਟੈਂਟ ਇਨ ਇੰਟਰਨੈਸ਼ਨਲ ਬਾਡੀ ਸੱਚ ਐਜ਼ ਫੂਡ ਐਂਡ ਐਗਰੀਕਲਚਰ, ਸੱਚ ਐਜ਼ ਵਰਲਡ ਬੈਂਕ, ਅਤੇ ਪਰਮਾਤਮਾ ਨੇ ਉਹਨਾਂ ਨੂੰ ਬੜੀਆਂ ਅਵਾਰਡਾਂ ਨਾਲ ਵੀ ਨਿਵਾਜਿਆ ਗਿਆ, ਉਹਨਾਂ ਨੂੰ ਉਹਨਾਂ 'ਤੇ ਇੰਨੀ ਬਖਸ਼ਿਸ਼ ਰਹੀ ਹੈ, ਜਿੱਦਾਂ ਕਿ ਪਦਮ ਭੂਸ਼ਣ, ਚੀਫ ਖਾਲਸਾ ਦੀਵਾਨ ਸੈਂਟਰੇਰੀ ਅਵਾਰਡ, ਅਤੇ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਗੋਲਡਨ ਜੁਬਲੀ ਆਊਟਸਟੈਂਡਿੰਗ ਅਲਮਨਾਈ ਅਵਾਰਡ, ਅਤੇ ਉਸ ਤੋਂ ਬਾਅਦ ਮਹਾਨ ਪੰਜਾਬੀ ਅਵਾਰਡ, ਅਤੇ ਉਸ ਤੋਂ ਬਾਅਦ ਡਾਕਟਰ ਮਦਾਨ ਗੋਲਡ ਮੈਡਲ ਅਵਾਰਡ ਨਾਲ ਉਹਨਾਂ ਨੂੰ ਨਿਵਾਜਿਆ ਗਿਆ। ਦਰਸ਼ਕੋ ਆਪਣੇ ਨਾਲ ਜੁੜਨਗੇ, ਮੇਰਾ ਕਹਿਣ ਦਾ ਮਤਲਬ ਫਿਰ ਸਰਦਾਰਾ ਸਿੰਘ ਜੌਹਲ, ਸਵਾਗਤ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਹਾਂਜੀ ਹਾਂਜੀ, ਡਾਕਟਰ ਸਾਹਿਬ ਕਿੱਦਾਂ, ਸਿਹਤ ਕਿੱਦਾਂ ਤੁਹਾਡੀ? ਹੈ ਠੀਕ ਹੈ, ਚੱਲ ਰਿਹਾ। ਅੱਛਾ ਅੱਛਾ, ਡਾਕਟਰ ਸਾਹਿਬ ਬਹੁਤ ਕੁਛ ਲੋਕਾਂ ਦੇ ਅੰਦਰ ਬੜੇ ਵਲਵਲੇ ਨੇ, ਬੜੇ ਖਦਸ਼ੇ ਨੇ, ਲੋਕ ਚਾਹੁੰਦੇ ਆ ਕਿ ਉਹ ਤੁਹਾਡੇ ਨਾਲ ਗੱਲ ਕਰਨ, ਖਾਸ ਕਰਕੇ ਜਿਹੜਾ ਖੇਤੀ ਅੰਦੋਲਨ ਚੱਲ ਰਿਹਾ ਉਹਦੇ ਉੱਤੇ ਕੁਐਸਚਨ ਬਹੁਤ ਨੇ। ਤੁਸੀਂ ਆਪਦੇ ਸਹਿਜ ਠਰਮੇ ਨਾਲ ਹੌਲੀ ਹੌਲੀ ਮੈਂ ਇੱਕ ਇੱਕ ਕਰਕੇ ਪੁੱਛਦਾ ਜਾਊਂਗਾ, ਅਤੇ ਤੁਸੀਂ ਹਰੇਕ ਚੀਜ਼ ਦਾ ਜਿਹੜਾ ਆਂਸਰ ਕਰਦੇ ਜਾਣਾ ਆਪਦਾ ਟਾਈਮ ਦੇਖ ਕੇ। ਜੇ ਇਜਾਜ਼ਤ ਹੋਵੇ ਤਾਂ ਆਪਾਂ ਸ਼ੁਰੂ ਕਰੀਏ ਡਾਕਟਰ ਸਾਹਿਬ। ਹਾਂਜੀ ਹਾਂਜੀ ਡਾਕਟਰ ਸਾਹਿਬ, 3 ਮਹੀਨੇ ਹੋ ਗਏ ਆ, 3 ਮਹੀਨਿਆਂ ਦੇ ਕਰੀਬ ਤੋਂ ਉੱਪਰ ਹੋ ਗਿਆ ਆ ਜਿਹੜਾ ਕਿਸਾਨ ਅੰਦੋਲਨ। ਪਹਿਲਾਂ ਬਿੱਲ ਬਣੇ, ਫਿਰ ਉਹ ਬਾਅਦ 'ਚ ਜੋ ਹੈ ਲਾਅ ਹੋ ਗਏ, ਉਹ ਰਾਸ਼ਟਰਪਤੀ ਜੀ ਸਾਂਝ ਤੋਂ ਬਾਅਦ ਜਿਹੜੇ 3 ਕਾਨੂੰਨ ਹੈ, ਉਹ 250 ਦੇ ਉੱਪਰ ਸ਼ਹਾਦਤਾਂ ਵੀ ਹੋ ਗਈਆਂ, ਪਰ ਤੁਹਾਨੂੰ ਕੀ ਲੱਗਦਾ ਉਹ ਕਿੱਥੇ ਜਾ ਕੇ ਐਂਡ ਹੋਊਗਾ? ਕਿਸੇ ਚੀਜ਼ ਦਾ ਤਾਂ ਕੋਈ ਐਂਡ ਹੋਣਾ ਚਾਹੀਦਾ ਕਿ ਨਹੀਂ? ਦੇਖੋ ਗੱਲ ਆ, ਮੈਂ ਥੋੜੀ ਜਿਹੀ ਬੈਕਗਰਾਉਂਡ ਪਹਿਲਾਂ ਤੁਹਾਨੂੰ ਦੱਸ ਦਿਆਂ ਜੀ। ਉਹ ਬੈਕਗਰਾਉਂਡ ਇਹ ਆ ਕਿ ਤੋਂ ਸਾਰਾ ਖਦਸ਼ਾ ਪੈਦਾ ਹੋਇਆ ਕਿ ਆਰਡੀਨੈਂਸ ਪਾਸ ਕਰ ਦਿੱਤੇ ਕੋਵਿਡ ਦੇ ਜ਼ਮਾਨੇ 'ਚ। ਹਾਂਜੀ, ਉਹੋ ਜਿਹੇ ਬਿੱਲਾਂ ਨੂੰ ਆਰਡੀਨੈਂਸ ਦੀ ਲੋੜ ਨਹੀਂ ਹੁੰਦੀ ਕਿਉਂਕਿ ਬੜੀ ਚੀਜ਼ ਹੈ, ਅਤੇ ਲੇਕਿਨ ਅਗਰ ਆਰਡੀਨੈਂਸ ਪਾਸ ਹੀ ਕਰ ਦਿੱਤੇ ਸੀ ਤਾਂ ਬਿੱਲ ਪੇਸ਼ ਕਰਨ ਉਹਦੇ ਵਿੱਚ 6 ਮਹੀਨੇ ਹੁੰਦੇ ਆ ਜੀ, ਤੇ ਉਹਨੂੰ ਉਸ ਨੂੰ ਉਹ ਪਬਲਿਕ ਡੋਮੇਨ ਤੇ ਪਾ ਸਕਦੇ ਸੀ, ਡਿਸਕਸ਼ਨ ਕਰ ਸਕਦੇ ਸੀ, ਪਾਰਲੀਮੈਂਟ ਬੋਡੀ ਕਰ ਸਕਦੇ, ਉਹ ਨਹੀਂ ਕੀਤੀ। ਜੇ ਜਦ ਪਾਰਲੀਮੈਂਟ ਦੇ ਵਿੱਚ ਇਹ ਪੇਸ਼ ਕੀਤੇ ਗਏ ਬਿੱਲ, ਫਿਰ ਉਦੋਂ ਡਿਸਕਸ਼ਨ ਨਹੀਂ ਹੋਣੀ ਸੀ, ਕੁਐਸਚਨ ਆਵਰ ਕਰ ਦਿੱਤਾ ਔਰ ਮਤਲਬ ਪੂਰਾ ਧੱਕਾ ਕੀਤਾ ਕਿ ਜਿਹੜੀ ਆਪੋਜੀਸ਼ਨ ਉਹਨਾਂ ਨੇ ਸਿਲੈਕਟ ਕਮੇਟੀ ਮੰਗੀ ਉਹ ਨਹੀਂ ਦਿੱਤੀ, ਕਿਉਂਕਿ ਮੈਜੋਰਿਟੀ ਸੀ ਉੱਥੇ ਪਾਸ ਕਰਕੇ ਰਾਜ ਸਭਾ ਚ ਲਾ ਗਿਆ। ਸੈਸ਼ਨ ਬੁਲਾਇਆ ਗਿਆ ਸਪੈਸ਼ਲ ਜਿਹਦੇ ਵਿੱਚ ਓਪੋਜੀਸ਼ਨ ਨਹੀਂ ਸੀਗੀ? ਅੱਛਾ, ਆਰਡੀਨੈਂਸ ਆਪੇ ਪਾਸ ਕਰ ਲਿਆ ਗਿਆ? ਅੱਛਾ, ਡਿਸਕਸ਼ਨ ਨਹੀਂ ਹੋਈ, ਮੈਜੋਰਿਟੀ ਪਾਸ ਕਰ ਲਿਆ ਰਾਜ ਸਭਾ ਚ, ਇਸ ਤਰ੍ਹਾਂ ਪਾਸ ਕਰ ਲਿਆ ਜੀ 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 ਜੀ, ਪ੍ਰੈਜ਼ੀਡੈਂਟ ਤੋਂ ਵੀ ਜਾ ਕੇ ਲਾਇਆ ਜਾਂ ਇਹਨਾਂ ਇੱਕ ਜਿਹਨੂੰ ਕਹਿੰਦੇ ਟਰਸਟ ਡੈਫਿਸਿਟ ਹੋ ਗਿਆ, ਇੱਕ ਯਕੀਨ ਨਹੀਂ ਰਿਹਾ, ਟਰਸਟ ਡੈਫਿਸਿਟ ਹੋ ਗਿਆ ਜੀ 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 ਜੀ। ਆ ਦੂਜੀ ਗੱਲ ਇਹ ਆ ਕਿ ਜਿਹੜਾ ਹੁਣ ਇਸ ਵੇਲੇ ਚੱਲ ਰਿਹਾ 2-2.5 ਮਹੀਨੇ ਹੋ ਗਏ ਆ ਜੀ, ਇਸ ਵੇਲੇ ਹਾਲਤ ਇਹ ਹੋ ਜਾਂਦੀ ਆ ਕਿ ਤੁਸੀਂ
ਕੋਈ ਲੌਜੀਕਲੀ ਡਿਸਕਸ਼ਨ ਨਹੀਂ ਕਰ ਸਕਦੇ। ਉਹਦਾ ਰੀਜ਼ਨ ਇਹ ਦੱਸਦਾ ਮੈਂ ਕਿ ਅਸੀਂ ਬੜੇ ਸਮਾਲ ਮਾਈਂਡਡ ਹੋ ਗਏ ਹਾਂ, ਕੋਈ ਜਿਹੜੀ ਆਪੋਜੀਸ਼ਨ ਵਿਊ ਆ ਉਹ ਸੁਣਨ ਜਾ ਰਹੇ ਦੋਨੇ ਪਾਸੇ। ਜੀ ਜੀ ਜੀ, ਜੇ ਤੁਸੀਂ ਫਾਰਮਰ ਦੀ ਹੱਕ ਦੀ ਗੱਲ ਕਰਦੇ ਆ ਤਾਂ ਤੁਸੀਂ ਦੇਸ਼ ਤੋਂ ਵਿਕਰਾਇਤ ਕਰਾਰ ਦਿੱਤੇ ਜਾਂਦੇ ਆ। ਜੇ ਤੁਸੀਂ ਫਾਰਮਰ ਦੇ ਹੱਕ ਦੀ ਗੱਲ ਨਹੀਂ ਕਰਦੇ ਤਾਂ ਤੁਹਾਨੂੰ ਕਹਿੰਦੇ ਆ ਇਹ ਗਰਦਾਰ ਹੈ। ਹਾਂਜੀ, ਇੱਕ ਵਾਇਲੈਂਸ ਹੋਣੀ ਸ਼ੁਰੂ ਹੋ ਗਈ ਹੈ, ਇੱਕ ਮਤਲਬ ਲੋਕਾਂ ਨੂੰ ਫਿਜ਼ੀਕਲੀ ਬੋਲਣ ਰੋਕਿਆ ਜਾਂਦਾ ਔਰ ਵਾਇਲੈਂਸ ਹੋ ਜਾਂਦੀ ਹੈ। ਜੀ ਜੀ, ਜਿਹੜਾ ਮਾਹੌਲ ਹੈ ਨਾ ਲੌਜੀਕਲ ਡਿਸਕਸ਼ਨ ਦਾ ਜਾਂ ਲੌਜਿਕ ਦਾ, ਉਹ ਬਿਲਕੁਲ ਇਸ ਵੇਲੇ ਇਸ ਵੇਲੇ ਖਤਮ ਹੈ। ਜੀ, ਹਰ ਕੋਈ ਆਦਮੀ ਸੋਚ ਕੇ ਗੱਲ ਕਰਦਾ। ਜੀ ਜੀ, ਤੁਸੀਂ ਸਵਾਲ ਕੀਤਾ ਕਿ ਇਹਦਾ ਇਲਾਜ ਕੀ ਆ। ਹਾਂਜੀ, ਇਲਾਜ ਦਾ ਸਸਤਾ ਵੀ ਹੋਈ ਆ। ਪਹਿਲੀ ਗੱਲ ਤੇ ਆ, ਜਾਂ ਹਮੇਸ਼ਾ ਉਹੀ ਆ, ਫੈਸਲੇ ਗੱਲਬਾਤ ਨਾ ਹੁੰਦੇ ਹੁੰਦੇ ਆ। ਜੀ ਜੀ, ਗੱਲ ਕਰੋਗੇ ਤੇ ਗੱਲ ਬਣੂਗੀ ਨਾ। ਜੀ, ਪਰ ਮੇਰੇ ਪਾਸ ਸਟੈਂਡ ਇਹ ਲੈ ਲਿਆ, ਇੱਕ ਸਟੈਂਡ ਇਹ ਲਿਆ ਵੀ ਅਸੀਂ ਚਾਹੇ ਫੈਸਲੇ ਕਰਾ ਕੇ ਹੈਗੇ ਆ, ਰੋਗੀ ਰਿਪੀਲ ਕਰਾ ਕੇ ਹੈਗੇ ਆ। ਜੀ, ਦੂਜੇ ਪਾਸੇ ਗਵਰਨਮੈਂਟ ਕਹਿੰਦੀ ਰਿਪੀਲ ਕਰਨਾ ਹੀ ਨਹੀਂ। ਹਾਂਜੀ, ਜੋ ਮਰ ਗਏ ਤੇ ਚੇਂਜ ਕਰਾ ਲਓ, ਤੇ ਜੇ ਬੰਦੇ ਦਾ ਆਪਾਂ ਪੈਰ ਜਾਂ ਪਟਣਾ ਹੀ ਨਹੀਂ, ਨਾ ਇਹਨਾਂ ਨੇ ਤੇ ਨਾ ਉਹਨਾਂ ਨੇ, ਤਾਂ ਫਿਰ ਉਹ ਗੱਲ ਬੜਾ ਗੱਲਬਾਤ ਬਿਨਾ ਗੱਲ ਨਹੀਂ ਬਣਦੀ। ਜੀ ਜੀ ਜੀ, ਤੁਸੀਂ ਗੱਲ ਇਹ ਆ ਕਿ ਗਵਰਨਮੈਂਟ ਇਹ ਕਰ ਸਕਦੀ ਆ, ਜੇ ਇਹਨਾਂ ਨੂੰ ਮਨਜ਼ੂਰ ਹੋਵੇ ਤਾਂ ਵੀ ਜੇ ਵੀ ਸਟੇਟ ਦੇ ਲਾਉਣਾ ਹੋਵੇ, ਕਰਨਾ ਹੋਵੇ ਕਰ ਲਵੇ, ਜੇ ਨਹੀਂ ਕਰਨਾ ਵਿੱਚ ਨਾ ਕਰੇ, ਤਾਂ ਆਪਸ਼ਨ ਦੇ ਦਿਓ ਸਟੇਟਾਂ ਨੂੰ ਹੈ, ਤੇ ਜੇ ਇਹਨਾਂ ਨੂੰ ਮਨਜ਼ੂਰ ਹੋਵੇ ਫਾਰਮਰ ਨੂੰ। ਲੇਕਿਨ ਪ੍ਰੋਬਲਮ ਇਹ ਆ ਕਿ ਅਜੇ ਵੀ ਬਹੁਤ ਬੁਰੀ ਤਰ੍ਹਾਂ ਆ, ਤੇ ਉਹ ਉਹਨਾਂ ਨੂੰ ਪਿੱਛੇ ਸਪੋਰਟ ਬਹੁਤ ਜ਼ਿਆਦਾ ਮਿਲ ਰਹੀ ਹੈ, ਔਰ ਇਸ ਚੀਜ਼ ਨੂੰ ਬੱਤੀ ਆਰਗਨਾਈਜੇਸ਼ਨ ਕੋਲ ਜਨ ਅੰਦੋਲਨ ਬਣ ਚੁੱਕਾ। ਪੰਜਾਬ ਜੀ ਨੂੰ ਬਹੁਤ ਨੁਕਸਾਨ ਹੋਇਆ ਵੀ ਹੈ। ਜੀ 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 ਜੀ, ਮੈਂ ਸਰਕਾਰ ਨੂੰ ਮੇਰੀ ਸਲਾਹ ਇਹ ਹੋਈ ਆ, ਪਤਾ ਨੀ ਮੰਨਦੇ ਕਿ ਨਹੀਂ ਮੰਨਦੇ, ਇਸ ਬਿੱਲ ਨੂੰ ਜਿਹੜਾ ਸੋਰੀ ਇਸ ਐਕਟ ਨੂੰ ਵਾਪਸ ਪਾਰਲੀਮੈਂਟ ਚ ਲੈ ਜਾਣ, ਕਿਉਂਕਿ ਆਪ ਤਾਂ ਕੈਂਸਲ ਕਰ ਨਹੀਂ ਸਕਦੇ। ਜੀ, ਪਾਰਲੀਮੈਂਟ ਨੇ ਪਾਸ ਕੀਤੀ ਆਪਣੇ, ਉਹਨੂੰ ਡਿਲੇ ਤਾਂ ਕਰ ਸਕਦੇ ਆ। ਹਾਂਜੀ, ਇੰਪਲੀਮੈਂਟ ਨਾ ਕਰਨ, ਲੇਕਿਨ ਉਹਨੂੰ ਚੇਂਜ ਨਹੀਂ ਕਰ ਸਕਦੇ, ਉਹਨੂੰ ਰਿਪੀਟ ਰਿਪੀਟ ਵੀ ਨਹੀਂ ਕਰ ਸਕਦੇ। ਜੀ ਜੀ, ਅਪੀਲ ਵੀ ਹੋਣੀ ਆ, ਰਿਵੋਕ ਹੋਣੀ ਆ, ਤਾਂ ਉਹ ਵੀ ਪਾਰਲੀਮੈਂਟ ਚੋਂ। ਜੀ ਜੀ, ਤੋ ਇਹਨੂੰ ਪਾਰਲੀਮੈਂਟ ਚ ਲੈ ਜਾਣ ਫਾਰ ਰਿਵਿਊ, ਤੇ ਉਹ ਰਿਵਿਊ ਕਰੇ ਪਾਰਲੀਮੈਂਟ, ਫੁੱਲ ਡਿਸਕਸ਼ਨ ਹੋਵੇ ਭਾਵਾਂ ਨਾ ਹੋਵੇ, ਮਤਲਬ ਹਰ ਮੌਕਾ ਹਰੇਕ ਨੂੰ ਦਿੱਤਾ ਜਾਵੇ ਕਹਿਣ ਨੂੰ, ਉਦੋਂ ਬਾਅਦ ਪਾਰਲੀਮੈਂਟ ਪਾਸ ਕਰੇ, ਉਹ ਸਾਰਿਆਂ ਨੂੰ ਮਨਜ਼ੂਰ ਹੋ ਜਾਵੇ। ਕਿੰਨੇ ਤਰੀਕੇ ਆ, ਉਹਨਾਂ ਤੋਂ ਪਤਾ ਨੀ ਇਹ ਫਾਰਮੂਲੇ ਮੰਨਣਗੇ ਕਿ ਨਹੀਂ ਮੰਨਣਗੇ, ਪਰ ਨੁਕਸਾਨ ਬਹੁਤ ਹੋ ਰਿਹਾ। ਮੈਂ ਬਿਲਕੁਲ ਮੇਰੇ ਦਿਮਾਗ ਦੇ ਵਿੱਚ ਕਿੰਨੇ ਤਰੀਕੇ ਆ ਜਿਹਦੇ ਨਾਲ ਇਹ ਹੱਲ ਹੋ ਸਕੇ। ਡਾਕਟਰ ਸਾਹਿਬ, ਇੱਕ ਮੈਂ ਸੋਚ ਰਿਹਾ ਸੀਗਾ ਕਿ ਇੱਕ ਇੱਕ ਤੁਸੀਂ ਆਪਦੀ ਸਲਾਹ ਦੇ ਸਕਦੇ ਹੋ ਕਿ ਇੱਕ ਇਹ ਵੀ ਹੋ ਸਕਦਾ ਕਿ ਸਰਕਾਰ ਇੱਕ ਵਾਰੀ ਪਰਮਾਨੈਂਟ ਇਹਨਾਂ ਨੂੰ ਡੀਹੋਰਸ ਕਰ ਦੇਵੇ, ਸਸਪੈਂਡ ਕਰਕੇ ਰੱਖ ਦੇਵੇ, ਅਤੇ ਫਿਰ ਸਰਕਾਰ ਅਤੇ ਕਿਸਾਨ ਇੱਕ ਕਮੇਟੀ ਬਣਾ ਲੈਣ, ਅਤੇ ਉਹ ਜੋ ਫੈਸਲਾ ਲੈਣ ਉਹਨੂੰ ਪਾਰਲੀਮੈਂਟ ਦੇ ਵਿੱਚ ਵਿਚਾਰ ਲਿਆ ਜਾਵੇ, ਅਤੇ ਉਸ ਤੋਂ ਬਾਅਦ ਜੋ ਵੀ ਨਤੀਜਾ ਨਿਕਲੇ ਉਹਨੂੰ ਲਾਗੂ ਕਰ ਲਿੱਤਾ ਜਾਵੇ। ਇਹ ਇਹ ਇੱਕ ਵਿਚਲਾ ਰਾਹ ਨਿਕਲ ਸਕਦਾ ਰਾਹ। ਉਹ ਤਾਂ ਸਰਕਾਰ ਕਹਿੰਦੀ ਆ ਅਸੀਂ ਡੇਢ ਸਾਲ ਲਈ, ਦੋ ਸਾਲ ਲਈ ਇਹਨੂੰ ਡੀਐਕਟੀਵੇਟ ਕਰ ਦਿੰਦੇ ਹਾਂ, ਨਹੀਂ ਖਿਲਾਫ ਕਰਦੇ ਸਸਪੈਂਡ ਕਰ ਦਿੰਦੇ, ਇਸ ਦੌਰਾਨ ਕਮੇਟੀ ਬਣਾ ਲਓ, ਡਿਸਕਸ਼ਨ ਕਰ ਲਓ। ਸਰਕਾਰ ਤਾਂ ਕਹਿੰਦੀ ਇਹ ਨਹੀਂ ਮੰਨਦੇ, ਫਾਰਮ ਨਹੀਂ ਮੰਨਦੇ। ਉਹ ਖਰਚਾ ਇਹ ਆ, ਜੇ ਇੱਕ ਵਾਰੀ ਅਸੀਂ ਪਿੱਛੇ ਹਟ ਗਏ ਨਾ, ਮੁੜ ਕੇ ਇੰਨਾ ਖਰਚ ਨਹੀਂ ਹੋਣਾ। ਦੇਖੋ ਆਪਾਂ ਸਾਈਕੋਲੋਜੀ ਪੜ੍ਹੋ, ਜਿਹੜੀ ਦੂਸਰੀ ਗੱਲ ਹੈ, ਮੈਂ ਇਹਨਾਂ ਨੂੰ ਇਹ ਵੀ ਕਹਿੰਦਾ ਹਾਂ ਕਿ ਦੇਖੋ ਜਿਹੜੇ ਫਾਰਮਰ ਹਨ, ਤੁਸੀਂ ਇਹ ਭੁੱਲ ਜਾਓ ਕਿ ਸਿੱਖ ਹੈ, ਹਿੰਦੂ ਆ, ਮੁਸਲਮਾਨ ਹੈ, ਜਿਹੜੀ ਜੱਟ ਕਰੈਕਟਰ ਹੁੰਦਾ ਨਾ, ਉਹ ਜਿੱਥੇ ਅੜਦਾ ਉਹ ਅੜ ਜਾਂਦਾ ਹੁੰਦਾ, ਉਹ ਨਫ਼ਾ ਨੁਕਸਾਨ ਹੀ ਦੇਖਦਾ ਹੁੰਦਾ, ਚਾਹੇ ਕੁਛ ਵੀ ਹੋ ਜਾਏ ਤੁਰ ਕੇ ਅੜ ਜਾਂਦਾ। ਸੋ ਜੇ ਇਹ ਇਸ ਕਰੈਕਟਰ ਨੂੰ, ਇਸ ਸਮਾਜ ਨੂੰ ਅਗਰ ਗੌਰਮੈਂਟ ਸਮਝੇ, ਇਹਦਾ ਆਂਸਰ ਇਹੋ ਹੀ ਹੈ ਕਿ ਮੁੜ ਕੇ ਜਿਹੜੇ ਪਾਰਲੀਮੈਂਟ ਚ ਪੜ ਲੱਗੂ ਜਾਂਦਾ।
ਜੀ ਕਿ ਮੇਰੇ ਕੋਲ ਤਾਂ ਇਹੀ ਇੱਕ ਸਲੂਸ਼ਨ ਆ, ਹੋਰ ਕੋਈ ਸਾਹਮਣੇ ਨਹੀਂ। ਇੱਕ ਬੜਾ ਤੁਸੀਂ ਕਹਿੰਦੇ ਹੋ ਵੀ ਰੇਡੀਓ ਦਾ ਦੌਰ ਸਰਕਾਰ ਕਹਿੰਦੀ ਹੈ, ਹਾਂਜੀ ਡੇਢ ਸਾਲ ਤਾਂ ਉਹਨਾਂ ਦੇ ਫਿਰ ਸਸਪੈਂਡ ਕਰ ਦਿੰਦੇ ਆ, ਇਹ ਡਿਸਕਸ਼ਨ ਕਰਦੇ ਆ, ਕਮੇਟੀ ਬਣਾ ਲਓ, ਜੋ ਕਰਨਾ ਬੈਠ ਕੇ ਗੱਲ ਕਰ ਲੈਂਦੇ, ਉਹ ਇਹ ਨਹੀਂ ਮੰਨਦੇ। ਉਹਦੇ ਵਿੱਚ ਖਦਸ਼ਾ ਜੋ ਮੈਂ ਸੁਣਿਆ ਆ, ਉਹਦੇ ਵਿੱਚ ਜਿਹੜਾ ਡਰ ਆ ਕਿਸਾਨ ਜਥੇਬੰਦੀਆਂ ਵੱਲੋਂ, ਇਹ ਹੈ ਕਿ ਮੰਨ ਲਓ ਡੇਢ ਸਾਲ ਲਈ ਸਸਪੈਂਡ ਕਰ ਲਓ, ਬਾਅਦ ਛੋਟੀ ਕਮੇਟੀ ਵੀ ਬਣ ਜਾਂਦੀ ਆ, ਅਤੇ ਉਹਨਾਂ ਨੂੰ ਇਹ ਕਿ ਫਿਰ ਵੀ ਫੋਰਸ ਕੀਤਾ ਜਾਊਗਾ ਡੇਢ ਸਾਲ ਬਾਅਦ, ਕਿਉਂਕਿ ਇਸ ਗੌਰਮੈਂਟ ਦਾ ਜਿਹੜਾ ਟਰਨ ਓਵਰ ਆ, ਹਾਲੇ ਜਿਹੜਾ ਟਰਨ ਓਵਰ ਆ, ਜਿਹੜਾ ਹਾਲੇ ਤਿੰਨ ਸਵਾ ਤਿੰਨ ਸਾਲ ਦਾ ਪਿਆ ਆ। ਇਹ ਖਰਚਾ ਜੇ ਵਧੀਆ ਗੌਰਮੈਂਟ ਕੋਈ ਗਲਤ ਆਈਏ ਉਹ ਤੋਂ ਡਿਲੀਟ ਕਰਦੀ ਹੈ। ਅੱਛਾ, ਇਹ ਸਵਾਲ ਹੈ ਕਿ ਜਦ ਤੁਸੀਂ ਬੈਠ ਕੇ ਗੱਲਬਾਤ ਕਰਨੀ ਆ, ਜੋ ਫੈਸਲਾ ਹੋ ਗਿਆ ਉਹ ਫੈਸਲੇ ਨੂੰ ਲਗਭਗ ਡੇਢ ਸਾਲ ਬਹੁਤ ਹੁੰਦਾ ਹੈ, ਇਸ ਗੱਲ ਤਾਂ ਨਹੀਂ ਹੈ, ਫੈਸਲਾ ਕਰਨਾ ਮਹੀਨੇ ਡੇਢ ਮਿੰਟ ਹੀ ਹੋ ਜਾਂਦਾ। ਜੀ 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 ਡਾਕਟਰ ਸਾਹਿਬ, ਉਸ ਤੋਂ ਬਾਅਦ ਜਿਹੜਾ ਕੁਐਸਚਨ ਹੈ ਕਿ ਆਪਣੇ ਜੀ ਬਾਰ ਬਾਰ ਇਹ ਕੁਐਸਚਨ ਰਿਪੀਟ ਕੀਤਾ ਜਾਂਦਾ, ਜਿਹੜਾ ਤੁਸੀਂ ਆਲਰੇਡੀ ਪ੍ਰੂਵ ਕਰ ਚੁੱਕੇ ਹੋ ਕਿ ਇਹ ਗਲਤ ਕੀਤਾ ਗੌਰਮੈਂਟ ਨੇ, ਕਿ ਕੋਰੋਨਾ ਦੇ ਵਿੱਚ ਜਦੋਂ ਸੈਸ਼ਨ ਹੈ ਵੀ ਨਹੀਂ ਸੀਗਾ, ਉਸ ਤੋਂ ਬਾਅਦ ਉਹ ਆਪੇ ਆ ਫਟਾਫਟ ਲੈ ਕੇ, ਉਹਦੇ ਪਿੱਛੇ ਮਜਬੂਰੀ ਕੀ ਸੀ ਜੀ ਗੌਰਮੈਂਟ ਦੀ? ਕੋਈ ਠੀਕ ਹੈ। ਬਾਕੀ ਦੇਖੋ ਦੇਖੋ ਦੂਸਰੀ ਗੱਲ ਇਹ ਹੈ ਕਿ ਬਈ ਜਿਹੜਾ ਹੈਗਾ ਇਸ ਵੇਲੇ, ਇਸ ਵੇਲੇ ਜੋ ਹਾਲਤ ਹੈ, ਇਹ ਦੇਖੋ ਚੇਂਜ ਦੀ ਤਾਂ ਲੋੜ ਹੀ ਹੈ, ਤੇ ਉਹ ਚੇਂਜ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਇਸ ਵੇਲੇ ਜਿਹੜੀ ਕੋਪੀ ਹੈ, ਹਾਂਜੀ, ਉਹ ਮਾਰਕੀਟ ਦੇ ਵਿੱਚ ਫਾਰਮਰ ਜਿਹੜਾ 2000 ਰੁਪਏ ਕਿੰਟਲ ਕਿਲੋ ਜੀ, ਉਹ ਕਿੰਨੀਆਂ ਨੇ, ਉਹ ਮਟਰ 2-3 ਰੁਪਏ ਕਿਲੋ ਪਏ, ਗਾਜਰ 2-3 ਰੁਪਏ ਕਿਲੋ ਪਏ ਜੀ, 12-12 ਰੁਪਏ ਜੀ, ਦਰਸ਼ਕੋ ਅਸੀਂ ਮਾਫ਼ੀ ਚਾਹੁੰਦੇ ਹਾਂ, ਡਾਕਟਰ ਸਾਹਿਬ ਨਾਲ ਸਾਡਾ ਜਿਹੜਾ ਰਾਬਤਾ ਕੱਟ ਗਿਆ ਆ, ਥੋੜ੍ਹੇ ਚਿਰ ਦਾ ਵਿੱਚ ਹੀ ਅਸੀਂ ਫਿਰ ਵਾਪਸ ਉਹਨਾਂ ਨਾਲ ਰਾਬਤਾ ਕਰਾਂਗੇ। ਮੈਂ ਤੁਹਾਨੂੰ ਮਾੜੀ ਜੀ ਬਰੀਫ ਦੇ, ਉਹਨਾਂ ਦੀ ਆਵਾਜ਼ ਨਹੀਂ ਸਾਫ਼ ਆ ਰਹੀ ਸੀਗੀ, ਉਹ ਕਹਿ ਰਹੇ ਸੀਗੇ ਕਿ ਜੋ ਗੌਰਮੈਂਟ ਨੇ ਕੀਤਾ ਕਿ ਇੱਕ ਜੋ ਗੌਰਮੈਂਟ ਨੇ ਕੀਤਾ ਕਰੋਨਾ ਦੇ ਵਿੱਚ, ਫਟਾਫਟ ਲਿਆ ਕੇ ਉਹਨਾਂ ਨੂੰ ਬਿੱਲ ਪਾਸ ਕਰਾਏ, ਹੈਲਥੀ ਡਿਸਕਸ਼ਨ ਨਹੀਂ ਹੋਇਆ, ਉੱਥੇ ਗੌਰਮੈਂਟ ਗਲਤ ਸੀ, ਉਹ ਠਹਿਰਾ ਰਹੇ ਸੀਗੇ ਕਿ ਫਟਾਫਟ ਕੀਤਾ, ਇਹਦੇ ਪਿੱਛੇ ਮਜਬੂਰੀ, ਉਹ ਕਹਿੰਦੇ ਕਿ ਮੈਨੂੰ ਵੀ ਸਮਝ ਨਹੀਂ ਆ ਰਹੀ ਹੈ। ਬਾਅਦ 'ਚ ਉਹ ਜਾ ਰਹੇ ਸੀਗੇ, ਕਿਸਾਨ ਵਾਕਿਆ ਹੀ ਇਹਦੇ ਵਿੱਚ ਹੈ ਕਿ ਉਹ ਗੋਭੀ ਜਾਂ ਮਟਰ ਵੇਚਦੇ ਆ, ਔਰ ਉਹ ਕੰਜ਼ਿਊਮਰ ਨੂੰ ਆ ਕੇ ਕਿੰਨਾ ਰਹਿੰਦਾ, ਵਿਚਲਾ ਫਾਇਦਾ ਕੌਣ ਚੱਕਦਾ, ਉਹਦੇ ਬਾਰੇ ਉਹ ਸਮਝਾ ਰਹੇ ਸੀ, ਸਾਡਾ ਰਾਬਤਾ ਕੱਟ ਹੋ ਗਿਆ। ਦਰਸ਼ਕੋ ਆਪਾਂ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ, ਸਾਡੇ ਨਾਲ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ 'ਤੇ। ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਪੈਸੀਫਿਕ ਟਾਈਮ 'ਤੇ। ਦਰਸ਼ਕੋ ਆਪਣੇ ਨਾਲ ਜੁੜੇ ਹੋਏ ਨੇ ਓਨਰੇਬਲ ਡਾਕਟਰ ਸਰਦਾਰਾ ਸਿੰਘ ਜੌਹਲ ਜੀ, ਉਹਨਾਂ ਨੇ ਬੜੀ ਸਿਚੁਏਸ਼ਨ ਆਪਦੀ ਬੜੀ ਕਲੀਅਰ ਕੀਤੀ, ਜੋ ਸੀ ਕਿ ਕਮੇਟੀ ਬਣਾਈ ਜਾ ਸਕਦੀ ਹੈ, ਕੁਛ ਚੇਂਜਸ ਕਰ ਦਿੱਤੇ ਜਾਣੇ ਚਾਹੀਦੇ ਆ, ਔਰ ਪੈਰ ਹਰੇਕ ਨੂੰ ਪੁੱਟਣਾ ਚਾਹੀਦਾ, ਸਰਕਾਰ ਨੂੰ ਵੀ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ, ਅਤੇ ਟੇਬਲ 'ਤੇ ਬਹਿ ਕੇ ਹੀ ਗੱਲ ਨਿਬੜੂਗੀ ਕਿਸੇ ਬੰਨੇ 'ਤੇ। ਉਹਨਾਂ ਨੇ ਆਹ ਵੀ ਬੜਾ ਕਲੀਅਰ ਕੀਤਾ ਕਿ ਉਹਨਾਂ ਨੂੰ ਪਤਾ ਨਹੀਂ, ਜਿੱਦਾਂ ਆਪਾਂ ਨੂੰ ਨਹੀਂ ਪਤਾ ਕਿ ਕੀ ਮਜਬੂਰੀ ਸੀਗੀ ਸਰਕਾਰ ਦੀ ਕਿ ਉਹ ਕਰੋਨਾ ਕਾਲ ਦੇ ਵਿੱਚ ਫਟਾਫਟ ਲੈ ਕੇ ਆਏ ਅਤੇ ਉਹਨਾਂ ਨੂੰ ਅਪਰੂਵਲ ਦੇ ਕੇ ਰਾਸ਼ਟਰਪਤੀ ਜੀ ਤੋਂ ਸਾਈਨ ਕਰਵਾ ਕੇ ਉਹ ਜਿਹੜੇ ਕਾਨੂੰਨ ਇੰਪਲੀਮੈਂਟ ਕਰ ਦਿੱਤੇ ਗਏ। ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸਾਰ ਤੋਂ ਵੱਡੀ ਜਿਹੜਾ ਇਸ਼ੂ ਆ MSP ਹੈ ਜੀ, ਉਹ ਮਿਨੀਮਮ ਸਪੋਰਟ ਪ੍ਰਾਈਸ, ਜੇ ਉਹ ਫਿਕਸ ਕਰ ਦਿੱਤਾ ਜਾਵੇ ਤਾਂ ਕਾਫੀ ਹੱਦ ਤੱਕ ਬਾਕੀ ਚੀਜ਼ਾਂ ਆਪੇ ਆਪ ਸੋਲਵ ਹੋ ਜਾਣ। ਦੇਖੋ ਗੱਲ ਇਹ ਆ, ਜਿਹੜੇ ਫਾਰਮਰ, ਕੋਈ ਵੀ ਜਿਹੜਾ ਫਾਰਮ ਸੈਕਟਰ ਹੈ ਕਿਸੇ ਵੀ ਕੰਟਰੀ ਦਾ, ਡਿਵੈਲਪ ਕੰਟਰੀ ਦਾ, ਉਹ ਸਬਸਿਡੀ ਤੋਂ ਬਗੈਰ ਨਹੀਂ ਬਚਦਾ, ਸਮਝਣਾ।
ਸੋ ਇਹਨੀ ਕਿੰਨੀਆਂ ਸਬਸਿਡੀਆਂ ਯੂਐਸਏ ਦਿੰਦਾ, ਕਿੰਨੇ ਕੈਨੇਡਾ ਦਿੰਦਾ, ਕਿੰਨੇ ਯੂਰਪ ਦਿੰਦਾ, ਕਿੰਨਾ ਜਪਾਨ, ਹਰ ਜਗ੍ਹਾ ਦੇ ਉੱਤੇ ਫਾਰਮ ਨੂੰ ਸਬਸਿਡੀ ਲੋੜ ਹੈ। ਪਰ ਸਵਾਲ ਇਹ ਪੈਦਾ ਹੁੰਦਾ ਵੀ ਸਬਸਿਡੀ ਦੇਣੀ ਕਿੱਦਾਂ, ਕਾਹਦੀ ਦੇਣੀ ਹੈ? ਤੁਸੀਂ ਅਗਰ ਇਹਨਾਂ ਕੰਟਰੀਜ ਦੇ ਵਿੱਚ ਦੇਖੋ ਤਾਂ ਕਿਤੇ ਤੁਹਾਨੂੰ MSP ਨਹੀਂ ਮਿਲੇਗੀ। ਜਿਹੜੀ ਸਬਸਿਡੀ ਮਿਲਦੀ ਆ ਉਹ ਡਿਵੈਲਪਮੈਂਟ ਸਬਸਿਡੀ ਮਿਲਦੀ ਆ, ਔਰ ਉਹਨੂੰ ਕਹਿੰਦੇ ਇਨਕਮ ਸਪੋਰਟ ਸਬਸਿਡੀ ਆ, ਇਨਕਮ ਸਪੋਰਟ ਸਿਸਟਮ। ਉਹਨਾਂ ਇਹਦੇ ਦੋ ਤਰੀਕੇ ਉਹਦੇ ਪਰ ਥੋੜ੍ਹੀ ਡੂੰਘੀ ਗੱਲ ਹੈ, ਕਿਉਂਕਿ ਜਿਹੜੀ ਇਨਕਮ ਸਪੋਰਟ ਸਬਸਿਡੀ ਹੁੰਦੀ ਆ ਉਹ ਫਾਰਮਰ ਦੇ ਪੱਲੇ ਪੈ ਜਾਂਦੀ ਆ, ਔਰ ਉਹ ਪ੍ਰਾਈਸ ਨੂੰ ਇਫੈਕਟ ਨਹੀਂ ਕਰਦੀ। ਜਿਹੜੀ ਪ੍ਰਾਈਸ ਦੀ ਕੀਮਤ ਹੁੰਦੀ ਆ ਉਹ ਮਾਰਕੀਟ ਦੇ ਵਿੱਚ ਸਪਲਾਈ ਡਿਮਾਂਡ ਦੇ ਮੁਤਾਬਿਕ ਸੈੱਟ ਹੁੰਦੀ ਆ, ਔਰ ਜਿਹੜਾ ਇਹਦਾ ਜਿਹੜਾ ਸਾਰਾ ਖਰਚਾ ਆ ਉਹ ਜੋ ਪ੍ਰੈਸ਼ਰ ਹੈ ਉਹ ਗੌਰਮੈਂਟ ਦੇ ਐਕਸਚੈਕਰ ਤੇ ਗੌਰਮੈਂਟ ਦੇ ਖਜ਼ਾਨੇ ਤੇ ਪੈਂਦਾ ਹੈ ਉਹ ਜਿਹੜਾ। ਲੇਕਿਨ ਇਹ ਤੇ ਜਿਹੜਾ ਕੰਜ਼ੂਮਰ ਹੈ ਉਹ ਇਫੈਕਟ ਨਹੀਂ ਹੁੰਦਾ, ਪ੍ਰਾਈਸ ਡਿਸਟੋਰਟ ਨਹੀਂ ਹੁੰਦੀ। ਇਹ ਇਹਨੂੰ WTO ਦੇ ਮੁਤਾਬਕ ਇਹਨੂੰ ਗ੍ਰੀਨ ਬਾਕਸ ਸਬਸਿਡੀ ਆਪਾਂ ਕਹਿੰਦੇ ਹਾਂ, ਤਾਂ ਕਿ ਦੇ ਸਕਦੇ ਹੋ ਜਿੰਨੀ ਮਰਜ਼ੀ ਦਿਓ ਹੈ। ਤੇ ਜਿਹੜਾ ਜਿਹੜੀ ਹੈਗੀ ਆ ਪ੍ਰਾਈਸ ਨੂੰ ਡਿਸਟੋਰਟ ਕਰਦੀ ਹੈ ਜਿਹੜੀ ਵੀ ਸਬਸਿਡੀ ਉਹ ਰੈੱਡ ਬਾਕਸ ਸਬਸਿਡੀ ਹੁੰਦੀ ਹੈ, ਜਿੱਦਾਂ MSP ਹੈ। ਔਰ ਇਹਦੇ ਜਿਹੜੀ MSP ਆ ਇਹਦਾ ਡਾਇਰੈਕਟ ਇੰਪੈਕਟ ਜਿਹੜਾ ਆ ਉਹ ਕੰਜ਼ੂਮਰ ਤੇ ਹੁੰਦਾ। ਜਿੰਨੀ MSP ਵਧਣੀ ਆ ਉਨੀ ਕੰਜ਼ੂਮਰ ਦੀ ਪ੍ਰਾਈਸ ਵੀ ਨਾਲ ਵਧਣੀ ਹੈ। ਇਹ ਸਪਲਾਈ ਡਿਮਾਂਡ ਦਾ ਜਿਹੜਾ ਬੈਲੈਂਸ ਹੈ ਉਹ ਖਤਮ ਹੋ ਜਾਂਦਾ। ਮੈਂ ਇਹ ਸ਼ੱਕ ਚ ਬਹੁਤ ਤਰੀਕੇ ਦੱਸੇ ਪਹਿਲਾਂ ਹੀ ਮੈਂ, ਤੇ ਫਾਰਮਰ ਨੂੰ ਸਬਸਿਡੀ ਲੋੜ ਹੈ, ਇਹ ਸਬਸਿਡੀ ਤੁਸੀਂ ਕਿਹੜਾ ਕਿਹੜਾ ਤਰੀਕੇ ਨਾਲ ਦੇ ਸਕਦੇ? ਫਾਰ ਐਗਜ਼ਾਮਪਲ ਅਸੀਂ ਇੱਥੇ ਪਾਣੀ ਦੀ ਸਬਸਿਡੀ ਦਿੰਦੇ ਹਾਂ, ਫ੍ਰੀ ਪਾਣੀ, ਇਹ ਇਨਪੁੱਟ ਸਬਸਿਡੀ ਹੈ। ਜਿਹੜੀ ਇਨਪੁੱਟ ਸਬਸਿਡੀ ਔਰ ਆਊਟਪੁੱਟ ਸਬਸਿਡੀ ਜਿਹੜੀ ਹੈ ਸਬਸਿਡੀ ਪ੍ਰਾਈਸ ਹੈ, ਇਹ ਮਾਰਕੀਟ ਨੂੰ ਡਿਸਟੋਰਟ ਕਰ ਦਿੰਦੀ ਹੈ, ਜਿਹੜਾ ਇਕੁਇਲੀਬ੍ਰੀਅਮ ਹੈ ਪ੍ਰਾਈਸਿਸ ਦਾ ਉਹ ਖਤਮ ਹੋ ਜਾਂਦਾ। ਮੈਂ ਉਹਨੂੰ ਇਹ ਕਿਹਾ ਸੀਗਾ ਆਪਣੇ ਜ਼ਿਆਦਾ ਇਲੈਕਸ਼ਨ ਤੋਂ ਪਹਿਲਾਂ ਅਮਰਿੰਦਰ ਸਿੰਘ ਵੀ ਇੱਥੇ ਆਇਆ ਸੀਗਾ ਮੇਰੇ ਕੋਲ, ਮੈਂ ਉਹਨੂੰ ਕਿਹਾ ਸੀ ਵੀ ਦੇਖੋ ਸਬਸਿਡੀ ਦੇ ਤੁਸੀਂ ਦਿੰਦੇ 5,500 ਕਰੋੜ ਦੀ ਹੈ, ਲੇਕਿਨ ਮੈਂ ਤਾਂ ਕਹਿੰਦਾ ਘੱਟੋ ਘੱਟ 10,000 ਕਰੋੜ ਦੀ ਸਬਸਿਡੀ ਦਿਓ ਉਹਨੂੰ, ਜਿਹੜਾ ਕਲਟੀਵੇਟਡ ਏਕੜ ਹੈ ਕਲਟੀਵੇਟਡ ਉਹ ਤੇ ਡਿਵਾਈਡ ਕਰਕੇ ਪਾ ਏਕੜ ਕਰਕੇ ਸਿੱਧਾ ਫਾਰਮਰ ਦੇ ਅਕਾਊਂਟ 'ਚ ਪਾ ਦਿਓ। ਜੇ ਤੁਸੀਂ ਅਕਾਊਂਟ 'ਚ ਪਾ ਦਿਓਗੇ ਤਾਂ ਉਹਨੂੰ ਕਹੋ ਵੀ ਹੁਣ ਤੂੰ ਬਿਜਲੀ ਦੇ ਪੈਸੇ ਦੇ, ਕਿਉਂਕਿ ਤੁਸੀਂ ਇਨਫੈਕਟ ਜਿੰਨੀ ਬਿਜਲੀ ਦਾ ਖਰਚਾ ਹੋਣਾ ਉਹ ਜ਼ਿਆਦਾ ਦਿੱਤੀ ਆ। ਹੋਊਗਾ ਕਿ ਜੇ ਫੜ ਗਿਆ ਮੈਨੂੰ 100 ਰੁਪਈਆ ਮਿਲਿਆ ਐਗਜ਼ਾਮਪਲ, ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਤੋਂ ਬਚਾਉਣ ਦੀ ਬਿਜਲੀ ਦੀ, ਮੈਨੂੰ ਪਤਾ ਹੋਵੇ ਕਿ ਮੈਂ ਸਵਿੱਚ ਔਨ ਕਰਨੀ ਹੈ ਮੇਰੀ ਕੋਸਟ ਆਉਣੀ ਹੈ, ਅਤੇ ਉਹ ਤੋਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰੂੰਗਾ, ਉਹਦੇ ਨਾਲ ਡਾਇਵਰਸੀਫਿਕੇਸ਼ਨ ਆਊਗੀ ਐਕਚੁਅਲ ਕੀਮਤ 'ਤੇ। ਸੋ ਬੜੇ ਤਰੀਕੇ ਨੇ ਸਬਸਿਡੀ ਦੇਣ ਦੇ, ਲੇਕਿਨ ਜਦ ਪ੍ਰਾਈਸ ਹੀ ਸਬਸਿਡੀ ਦਿੰਦੇ ਹਾਂ ਜਾਂ ਪ੍ਰਾਈਸ ਫਿਕਸ ਕਰਦੇ ਹਾਂ ਉਹਦੇ ਨਾਲ ਜਿਹੜੀ ਆ ਮਾਰਕੀਟ ਦੀ ਸਮਾਨ ਡਿਪਲਾਈ ਜਿਹੜੀ ਇਕੁਇਲੀਬ੍ਰੀਅਮ ਡਿਸਟੋਰਟ ਹੋ ਜਾਂਦਾ। ਕੋਈ ਕੰਟਰੀ ਨਹੀਂ ਦਿੰਦਾ MSP ਕਿਸੇ ਕੰਟਰੀ 'ਚ ਦਿੰਦਾ, ਇਹ ਤਾਂ ਪ੍ਰੋਫੈਸ਼ਨਲ ਚੀਜ਼ ਹੈ। ਬਾਕੀ MSP ਜਿਹੜੀ ਹੈ ਤੁਸੀਂ ਇੱਥੇ 24 ਕਰੋਪਸ ਸਬਸਿਡੀ ਆਪਣੀ ਹੈਗੀ ਆ MSP ਆ, ਹੁਣ ਗੌਰਮੈਂਟ ਅਗਰ 24 ਕਰੋਪ 'ਤੇ MSP ਦਿੰਦੀ ਹੈ ਤਾਂ ਫਿਰ 24 ਇਹਦਾ ਮਤਲਬ ਕਹੀ ਦੂਗੀ MSP 'ਤੇ, ਤਾਂ ਹੀ ਦੋ ਐਸੈਂਸ਼ੀਅਲ ਚੀਜ਼ਾਂ। ਪਹਿਲੀ ਗੱਲ ਤਾਂ ਜਿਹੜੀ MSP ਦਾ ਮਿਹਨਤ ਤਾਂ ਆ ਜੇ ਮਾਰਕੀਟ ਰੇਟ ਤੋਂ ਉੱਤੇ ਹੋਵੇ, ਫਿਰ ਮੈਂ ਕਰਦੇ ਹਾਂ ਸਾਡੇ ਜਿਹੜੇ ਬਾਕੀ ਕਮੋਡੀਆਂ ਉਹਨਾਂ ਦੇ ਆਮ ਤੌਰ 'ਤੇ MSP ਜਿਹੜੀ ਹੈ ਉਹ ਅਸੀਂ ਮਾਰਕੀਟ ਰੇਟ ਨੂੰ ਇਹ ਘੱਟ ਨੰਬਰ 'ਤੇ ਲੱਗਦੇ ਆ, ਉਹਨੂੰ ਪ੍ਰਕੋਰ ਕਰਨ ਦੀ ਲੋੜ ਨਹੀਂ ਪੈਂਦੀ। MSP ਦਾ ਫਾਇਦਾ ਤਾਂ ਹੀ ਹੈ ਜੇ ਇਹ ਮਾਰਕੀਟ ਰੇਟ ਤੋਂ ਉੱਪਰ ਹੋਵੇ, ਔਰ ਦੂਜੇ ਉਹਦੇ ਪਿੱਛੇ ਪ੍ਰੋਕਿਓਰਮੈਂਟ ਹੋਵੇ। ਜਿਹੜੀ ਚੀਜ਼ ਦੀ ਲੋੜ ਹੈ, ਮਤਲਬ ਆਪਣੇ ਬੀਜ ਦੀ ਲੋੜ ਹੈ, ਇਹਦੀ ਆਪਣੇ ਦੀ ਚੌਲਾਂ ਦੀ ਲੋੜ ਹੈ, ਕਪਾਹ ਦੀ ਲੋੜ ਹੈ, ਕਪਾਹ ਦੀ ਵੀ ਜਿਹੜੀ ਸਬਸਿਡੀ ਆਪਣੀ ਜਿਹੜੀ MSP ਆ ਉਹ ਸਿਰਫ ਜਿਹੜੇ ਗੌਰਮੈਂਟ ਦੇ ਕਾਰਖਾਨੇ ਦੀ ਲੋੜ ਹੈ ਉਹਦੇ ਵਾਸਤੇ ਵਰਤੀ ਆ, ਉਹਨੂੰ ਡਿਸਪੋਜ਼ਲ ਵੀ ਤਾਂ ਕਰਨੀ ਹੈ ਨਾ। ਹੁਣ ਇਹ ਤਾਂ ਨਹੀਂ ਹੋ ਸਕਦੀ ਸਾਰੀਆਂ 24 ਚੀਜ਼ਾਂ ਗੌਰਮੈਂਟ ਜਿਹੜੀ ਪਰਚੇਜ਼ ਕਰ ਲਏ ਮਤਲਬ ਡਿਸਟ੍ਰੀਬਿਊਟ ਕਰੇ, ਡਿਸਟ੍ਰੀਬਿਊਟ ਕਿੱਦਾਂ ਕਰੇ, ਜਾਂ ਤਾਂ ਲੋਅ ਪ੍ਰਾਈਸ 'ਤੇ ਕਰੇ। ਜੇ ਲੋਅ ਪ੍ਰਾਈਸ 'ਤੇ ਕਰਦੀ ਹੈ ਤਾਂ ਫਰਕ ਕੀਤਾ, ਮੇਰੇ ਕੋਲ 100 ਕੁਇੰਟਲ ਕੋਈ ਚੀਜ਼ ਹੈਗਾ ਮੈਂ ਸਾਰੀ ਸਰਕਾਰ ਨੂੰ ਦੇ ਦੀ, ਜਿਹੜੀ ਵੀ 10 ਕੁਇੰਟਲ ਹੈ ਮੈਂ ਗੌਰਮੈਂਟ ਤੋਂ ਮੰਗਾਂਗਾ ਫਿਰ। ਸੋ ਇਹ ਜਿਹੜੀ ਅਨਟੈਨੇਬਲ ਹੈ, ਸਿਰਫ ਜਿਹੜੀ ਉਹ ਚੀਜ਼ ਹੈ ਜਿਹੜੀ MSP ਹੋ ਸਕਦੀ ਆ ਜਿਹੜੀ ਗੌਰਮੈਂਟ ਨੂੰ ਲੋੜ ਹੈ, ਜਿੱਦਾਂ ਕਿ ਵੀਟ ਔਰ ਰਾਈਸ ਦੀ ਆ, ਇਹ ਡਿਸਟ੍ਰੀਬਿਊਟ ਕਰਨੀ ਆ, ਇਹਦੀ PDS ਸਿਸਟਮ ਹੈ, ਇਹਦੀ ਸਟੋਰੇਜ ਹੈ, ਉਹ ਤਾਂ ਹੋ ਸਕਦੀ ਹੈ, ਲੇਕਿਨ 24 ਦੀਆਂ 24 ਨਹੀਂ ਹੋ ਸਕਦੀਆਂ, ਸਮਝੇ ਨਾ। ਡਾਕਟਰ ਸਾਹਿਬ ਇੱਥੇ ਦੋ ਕੁਐਸਚਨ ਖੜੇ ਹੋ ਜਾਂਦੇ ਆ, ਮੈਂ ਅੱਗੇ ਵਧਣ ਤੋਂ ਪਹਿਲਾਂ ਮੈਂ ਇਹ ਦੋ ਕੁਐਸਚਨ ਇਹ ਖੜੇ ਹੋ ਜਾਂਦੇ ਆ ਕਿ ਤੁਸੀਂ ਗੱਲ ਕੀਤੀ ਕਿ ਸਬਸਿਡੀ ਗੌਰਮੈਂਟ ਦੇ ਦੂਗੀ MSP
ਇੱਕ ਬਾਤ ਦੀ ਗੱਲ ਹੈ ਕਿਉਂ ਕਿਉਂਕਿ ਜੇ ਐਮ ਐਸ ਪੀ ਗਵਰਨਮੈਂਟ ਦਿੰਦੀ ਹੈ ਤਾਂ ਉਹਦਾ ਕੰਜ਼ਿਊਮਰ 'ਤੇ ਫਰਕ ਪੈਂਦਾ ਹੈ ਮੰਨੀ ਤੁਹਾਡੀ ਗੱਲ ਇੱਥੇ ਤੱਕ ਮੰਨੀ ਪਰ ਗੱਲ ਅੱਗੇ ਜਿਹੜਾ ਕੁਐਸਚਨ ਇਹ ਖੜਾ ਹੁੰਦਾ ਹੈ ਕਿ ਇੱਥੋਂ ਯੂਰਪ ਦੀਆਂ ਜਾਂ ਅਮੈਰੀਕਾ ਕੈਨੇਡਾ ਦੀਆਂ ਜਿਹੜੀਆਂ ਗਵਰਨਮੈਂਟਸ ਆ ਉਹਨਾਂ ਕੋਲ ਸਰਪਲਸ ਮਨੀ ਫੰਡ ਪਏ ਨੇ ਜਿਹੜੇ ਕਿ ਚਾਹੇ ਕਰੋਪ ਖਤਮ ਹੋ ਜਾਂਦਾ ਕੁਦਰਤੀ ਕੋਈ ਆਫਤ ਆ ਜਾਏ ਤਾਂ ਅਤੇ ਜਾਂ ਫਿਰ ਕੋਈ ਜੋ ਹੈ ਉਸ ਚੀਜ਼ ਦੀ ਜਾਂ ਬਹੁਤ ਜ਼ਿਆਦਾ ਮਾਤਰਾ ਹੋਏ ਤਾਂ ਵੀ ਗੌਰਮੈਂਟ ਜਿਹੜੀ ਹੈਗੀ ਆ ਉਹਨੂੰ ਸਬਸਿਡੀ ਦਿੰਦੀ ਉਹਨਾਂ ਕੋਲ ਸਪੈਸ਼ਲ ਫੰਡ ਪਏ ਹੈ ਅਤੇ ਨਾਲੇ ਇੱਥੇ ਸਪੈਸ਼ਲ ਇੰਸ਼ੋਰੈਂਸ ਹੁੰਦੀ ਪ੍ਰਾਈਵੇਟ ਇੰਸ਼ੋਰੈਂਸ ਹਰੇਕ ਫਾਰਮਰ ਕੋਲ ਉਹ ਚੀਜ਼ਾਂ ਕਵਰ ਕਰ ਜਾਂਦੀਆਂ ਐਮ ਐਸ ਪੀ ਨੂੰ ਅਤੇ ਤਾਂ ਇੱਥੇ ਜ਼ਿਆਦਾ ਫਰਕ ਨਹੀਂ ਪਰ ਹੈ ਫੇਲੀਅਰ ਸਿਸਟਮ ਇੱਥੋਂ ਦਾ ਹੀ ਪਰ ਫਿਰ ਵੀ ਮੇਰਾ ਇਹ ਕੁਐਸਚਨ ਹੈ ਕਿ ਜੇ ਗੌਰਮੈਂਟ ਆਫ ਇੰਡੀਆ ਜਾਂ ਕਿਸੇ ਸਟੇਟ ਗੌਰਮੈਂਟ ਕੋਲ ਇੰਨਾ ਸਰਪਲਸ ਫੰਡ ਇੰਡੀਆ ਦੇ ਵਿੱਚ ਹੈਗਾ ਕਿ ਉਹ ਇੰਨੀ ਸਬਸਿਡੀ ਦੇ ਸਕੇ ਨੰਬਰ ਵਨ ਨੰਬਰ ਟੂ ਨੰਬਰ ਟੂ ਸਰ ਇਹਦੇ ਵਿੱਚ ਕੁਐਸਚਨ ਸਰ ਇਹ ਹੋ ਜਾਂਦਾ ਡਾਕਟਰ ਸਾਹਿਬ ਕਿ ਅਸੈਂਸ਼ੀਅਲ ਕਮਿਊਨਿਟੀ ਐਕਟ ਜਿਹੜਾ ਬਣਾਇਆ ਆਪਾਂ ਤਾਂ ਉਹਦਾ ਵੀ ਜਵਾਬ ਦਊਂਗਾ ਉਹ ਡਿਫਰੈਂਟ ਚੀਜ਼ ਹੈ ਦੇਖੋ ਗੱਲ ਇਹ ਆ ਜਿੱਥੋਂ ਤੱਕ ਤੁਸੀਂ ਫੰਡ ਦਾ ਸਵਾਲ ਹੈ ਸਾਡੀਆਂ ਸਾਰੀਆਂ ਸਟੇਟਾਂ ਜਿਹੜੀਆਂ ਡੰਗ ਨੇ ਸੈਂਟਰ ਗੌਰਮੈਂਟ ਵੀ ਡੰਗ ਹੈ ਕਰਦੇ ਤੁਸੀਂ ਪੈਸਾ ਹੀ ਹੈ ਨਹੀਂ ਸਮਝਣਾ ਤੇ ਜੇ ਤੁਸੀਂ ਕਹੋਗੇ ਵੈਸਟਰਨ ਕੰਟਰੀਆਂ ਡਿਵੈਲਪ ਕੰਟਰੀਆਂ ਮੁਕਾਬਲਾ ਉਹ ਤਾਂ ਕਰ ਨਹੀਂ ਸਕਦੇ ਉਹਨਾਂ ਪੈਸਾ ਦੇ ਨਹੀਂ ਸਕਦੇ ਜਿਹੜੀ ਇੰਸ਼ੋਰੈਂਸ ਉਹ ਵੀ ਪਾਰਸ਼ਲ ਹੈ ਉਹ ਵੀ ਪੂਰੀ ਨਹੀਂ ਹੁੰਦੀ ਫਾਰਮਕ ਜਿਹੜਾ ਉਹਦੀਆਂ ਜਿਹੜੀਆਂ ਨੇ ਪ੍ਰੀਮੀਅਮ ਦੇਣਾ ਮੁਸ਼ਕਿਲ ਹੋ ਜਾਂਦਾ ਸੋ ਇਹ ਜਿਹੜਾ ਸਾਡਾ ਸਿਸਟਮ ਜਿਹੜਾ ਟੋਟਲ ਅਪਸੈਟ ਹੈ ਜਿਹਦੇ ਵਿੱਚ ਜੇ ਅਸੀਂ ਕੋਈ ਵੀ ਨਕਲ ਵੈਸ ਨਹੀਂ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਇਹ ਸਿਸਟਮ ਦੇ ਵਿੱਚ ਨਹੀਂ ਹੋ ਸਕਦੀ ਜਿਹਦੇ 'ਚ ਇੱਕ ਸਾਡੇ ਕੋਲ ਫੰਡ ਦੀ ਮੋਬਿਲਾਈਜੇਸ਼ਨ ਜਿਹਦੇ 'ਚ ਸਾਡਾ ਐਕਸਪੈਂਡੀਚਰ ਔਰ ਜਿਹੜੀ ਇਨਕਮ ਉਹ ਬੈਲੈਂਸ ਰਹੇ ਸਮਝੇ ਨਾ ਸਾਡੇ ਬਜਟ ਸਾਰੀ ਡੈਫੀਸਿਟ ਹੈ ਔਰ ਉਹ ਕਰਦਾ ਰਹੇ ਸਾਡੇ ਪੰਜਾਬ ਦੇ ਸਿਰ ਤੇ ਤਿੰਨ ਸਾਢੇ ਤਿੰਨ ਆਪਣਾ ਲੱਖ ਤਾਂ ਕਰਦਾ ਹੈ ਸਾਰਾ ਸੋਫਟ ਲੋਨ ਸਾਰਾ ਗਿਣ ਲਈਏ ਪੌਣੇ 3 ਲੱਖ ਤਾਂ ਬੱਚਾ ਸਿੱਧਾ ਹੀ ਕਰਦਾ ਹੈ ਮੰਨੇ 'ਤੇ ਉਹ ਜਿਹਾ ਮੋਰ ਦੈਨ 60% ਜਿਹੜਾ ਜਿਹੜਾ ਆਪਣਾ ਕਰਜ਼ਾ ਲੈ ਕੇ ਤਾਂ ਕਰਜ਼ੇ ਦੀ ਇੰਟਰਸਟ ਵਾਪਸ ਕਰ ਰਿਹਾ ਐਵਰੀ ਈਅਰ ਵੱਧਦਾ ਜਾਂਦਾ ਇਹਨਾਂ ਕੋਲ ਪੈਸਾ ਕਿੱਥੇ ਦੇਣ ਨੂੰ ਪਰ ਜੇ ਮੈਂ ਤਾਂ ਮੇਰਾ ਕਹਿਣ ਤੋਂ ਮਤਲਬ ਇਹ ਆ ਕਿ ਜੇ ਅਸੀਂ 5.5 ਹਜ਼ਾਰ ਕਰੋੜ ਦਿੰਦੇ ਹਾਂ ਕਰਜ਼ਾ ਆਪਣਾ ਸਬਸਿਡੀ ਦਿੰਦੇ ਹਾਂ ਤਾਂ ਉਹਦਾ ਤਰੀਕਾ ਬਦਲੋ ਮੈਂ ਇਹ ਕਹਿ ਰਿਹਾ ਉਹ ਤਰੀਕਾ ਬਦਲੋ ਤਾਂ ਕਿ ਜਿੰਨੀ ਵੀ ਤੁਸੀਂ ਦੇ ਸਕਦੇ ਉਹਨੇ ਦਿਓ ਲੇਕਿਨ ਇਹ ਤਰੀਕਾ ਜਿਹੜਾ ਪਾਣੀ ਵੀ ਫਰੀ ਦੇਣਾ ਜਿਹੜਾ ਆ ਉਹ ਨੁਕਸਾਨਦੇਹ ਆ ਸਾਡਾ ਪਾਣੀ ਤਾਂ ਇੱਕ ਗੱਲ ਸਾਡੀ ਹੈ ਜਨਰੇਸ਼ਨ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਜਿਹੜਾ ਪਾਣੀ ਪੀ ਰਹੇ ਹਾਂ ਜਿਹੜਾ ਖਾ ਰਹੇ ਹਾਂ ਜਾਂ ਛੱਪਲਾਂ ਬਣ ਰਹੇ ਹਾਂ ਇਹ ਅਗਲੀ ਜਨਰੇਸ਼ਨ ਮੈਂ ਪੀ ਰਹੇ ਹਾਂ ਅਗਲੀ ਜਿਹੜਾ ਕੰਮ ਕਰ ਸਾਡੇ ਬੱਚਿਆਂ ਨੂੰ ਤਾਂ ਜੇ ਆ 20 ਸਾਲ ਇੱਦਾਂ ਹੁੰਦਾ ਰਿਹਾ 10-20 ਸਾਲ ਤਾਂ ਪੀਣ ਨੂੰ ਪਾਣੀ ਨਹੀਂ ਮਿਲਣਾ ਹੁਣ ਇਸ ਵੇਲੇ 350 ਫੁੱਟ ਤੋਂ ਪਾਣੀ ਜਿਹੜਾ ਪੀਣ ਵਾਲਾ ਨਿਕਲਦਾ ਔਰ ਸਰਵਿਸ ਪੰਪ ਵੀ ਹਰ 5-4 ਸਾਲਾਂ ਬਾਅਦ ਥੱਲੇ ਚਲੇ ਜਾਂਦਾ ਇਹ ਕਿੰਨਾ ਕੁ ਚਿਰ ਅਸੀਂ ਇਹਨੂੰ ਅਸੀਂ ਯੂਜ਼ ਕਰ ਸਕਾਂਗੇ ਸੋ ਜਿਹੜੀ ਜਿਹੜੀ ਹੈ ਨਾ ਸਬਸਿਡੀ ਜਿੰਨੀ ਅਸੀਂ ਦੇ ਸਕਦੇ ਮੈਂ ਉਹਦੀ ਗੱਲ ਕਰਦਾ ਮੈਂ ਕਹਿੰਦਾ ਭਵਨ ਦਾਸ ਜਾਂ ਮੈਂ ਕਹਿੰਦਾ 5.5 ਜਣੇ ਮੈਨੂੰ ਦੱਸ ਦਿਓ ਅਗਰ ਤੁਹਾਡੀ ਰਿਸੋਰਸਿਸ ਹੈਗੇ ਆ ਜੇ ਨਹੀਂ ਹੈਗੇ ਤਾਂ ਗਵਰਨਮੈਂਟ ਨੇ ਕਿੱਥੋਂ ਦੇਣੀ ਆ ਸਵਾਲ ਤਾਂ ਹੈ ਨਾ ਤਾਂ ਉਹਦੇ ਮੈਂ ਤਰੀਕੇ ਦੱਸੇ ਸਾਰੇ ਹੁਣ ਦੇਖੋ ਦੂਜੀ ਗੱਲ ਜੇ ਐਮ ਐਸ ਪੀ ਇਸੇ ਤਰ੍ਹਾਂ ਰਹਿੰਦੀ ਆ ਤੇ ਜਿਹੜਾ ਅਸੀਂ ਪਾਣੀ ਸਬਸਿਡੀ ਦਿੰਦੇ ਹਾਂ ਫਰੀ ਦਿੰਦੇ ਹਾਂ ਉਹਦੀ ਕੋਸਟ ਜਿਹੜੀ ਆ ਉਹ ਕੋਸਟ ਆਫ ਪ੍ਰੋਡਕਸ਼ਨ ਗਿਰੀ ਨਹੀਂ ਜਾਂਦੀ ਕਿਉਂਕਿ ਸਰਕਾਰ ਪੈਸੇ ਦਿੰਦੀ ਹੈ ਉਹਦੇ ਨਾਲ ਜਿਹੜੀ ਆ ਕੋਸਟ ਆਫ ਪ੍ਰੋਡਕਸ਼ਨ ਘੱਟ ਰਹਿ ਜਾਂਦੀ ਹੈ ਉਹਨਾਂ ਫਾਰਮਰ ਨੂੰ ਜਿਹੜੀ ਐਮ ਐਸ ਪੀ ਘੱਟ ਮਿਲਦੀ ਆ ਸੋ ਫਾਰਮਰ ਨੂੰ ਤਾਂ ਕੰਸਿਡੀ ਮਿਲਦੀ ਨਹੀਂ ਇਹ ਜਿਹੜੀ ਫਰੀ ਵਾਟਰ ਦੀ ਹੈ ਉਹਨਾਂ ਨੂੰ ਅੱਗੇ ਜਿਹੜਾ ਹੈਗਾ ਜਿਹੜੀ ਇਸ਼ੂ ਪ੍ਰਾਈਸ ਘੱਟ ਜਾਂਦੀ ਆ ਇਹਦਾ ਜਿੰਨਾ ਵੀ ਫਾਇਦਾ ਹੁੰਦਾ ਜਿਹੜੀ ਸੀ 20-22 ਮਿਲੀਅਨ ਟਨ ਫੂਡ ਜਿਹੜੀ ਪੰਜਾਬ ਚੋਂ ਬਾਹਰ ਜਾਂਦੇ ਆ ਅਸੀਂ ਪਾਣੀ ਬੰਨ੍ਹ ਕੇ ਉਹ ਗ੍ਰੇਨਾਂ ਕਿਨੋਂ ਉਹ ਦੇਖੋ ਪਾਣੀ ਪੈਕ ਕਰਕੇ ਅਸੀਂ ਉਹ ਬਾਹਰ ਭੇਜੀ ਜਾ ਰਹੇ ਹਾਂ 80% ਪਾਣੀ ਜਿਹੜਾ ਅਸੀਂ ਪੰਪ ਕਰਕੇ ਉਹਨੂੰ ਬਣਾਉਂਦੇ ਹਾਂ ਔਰ ਉਹਦਾ ਫਾਇਦਾ ਫਾਰਮਰ ਨੂੰ ਨਹੀਂ ਹੁੰਦਾ ਉਹਦਾ ਫਾਇਦਾ ਕੰਜ਼ਿਊਮਰ ਨੂੰ ਹੁੰਦਾ ਜਿਹੜਾ ਸਟੇਟ ਤੋਂ ਬਾਹਰ ਬੈਠੇ ਆ ਥੋੜ੍ਹੀ ਡੀਪ ਗੱਲਾਂ ਨੇ ਇੱਥੇ ਤਾਂ ਗੌਰਮੈਂਟ ਜਾਂਦੀ ਨਹੀਂ ਸਿਰਫ ਇਹੀ ਗੱਲ ਹੈ ਬਈ ਫਰੀ ਬਿਜਲੀ ਦਿੱਤੀ ਵੋਟਾਂ ਲੈਣ ਵਾਸਤੇ ਔਰ ਅੱਜ ਤੱਕ ਫਰੀ ਬਿਜਲੀ ਸਿਰ ਤੇ ਵੋਟਾਂ ਕਿਸੇ ਸਰਕਾਰ ਨੂੰ ਨਹੀਂ ਮਿਲੀ ਡਾਕਟਰ ਸਾਹਿਬ ਮੈਂ ਇਹਦੇ ਵਿੱਚ ਨਾ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਤੁਸੀਂ ਹੁਣ ਕਿਹਾ ਕਿ ਪਾਣੀ ਅਗਲੀ ਜਨਰੇਸ਼ਨ ਵਾਸਤੇ ਤੁਸੀਂ ਕਹਿੰਦੇ ਕਿ ਥੋੜ੍ਹੇ ਚਾਰਜਿਸ ਲਾ ਲਏ ਜਾਣ ਸਬਸਿਡੀ ਦੇ ਕੇ ਪਾਣੀ ਦਾ ਚਾਰਜ ਕਰ ਲਿਆ ਜਾਵੇ ਪਰ ਇਨਡਾਇਰੈਕਟ ਵੇ ਨਾਲ ਤੁਸੀਂ ਇਹ ਵੀ ਕਹਿਣਾ ਚਾਹ ਰਹੇ ਹੋ ਕਿ ਜਿਹੜੀ ਕ੍ਰੋਪ ਦੀ ਡਾਇਵਰਸੀਫਿਕੇਸ਼ਨ ਪ੍ਰੋਸੈਸਰ ਨੂੰ ਵੀ ਵਧਾ ਜਾ ਸਕੇ ਉਹ ਵੀ ਗੱਲ ਕਹਿ ਰਹੇ ਹੋ ਨਾ ਤੁਸੀਂ ਕ੍ਰੋਪ ਦੀ ਡਾਇਵਰਸੀਫਿਕੇਸ਼ਨ ਹੋਣੀ ਚਾਹੀਦੀ ਹੈ ਬਿਲਕੁਲ
ਹਾਂਜੀ ਪਰ ਉਹ ਪੋਸੀਬਲ ਉਹ ਪੋਸੀਬਲ ਕਿੱਦਾਂ ਆ ਜੇ ਆਪਾਂ ਪੋਸੀਬਲ ਸੁਣੋ ਮੇਰੀ ਗੱਲ ਦਾਦਾ ਕਿੱਦਾਂ ਪੋਸੀਬਲ ਹੈ ਜੀ ਇੱਕ ਤਾਂ ਚੀਜ਼ ਹੈ ਜਿੰਨਾ ਚਿਰ ਜਿਹੜੀ ਅਲਟਰਨੇਟ ਕ੍ਰੋਪਸ ਹੈ ਉਹਦੀ ਜਿਹੜਾ ਰਿਟਰਨ ਹੈ ਉਹਦੇ ਬਰਾਬਰ ਨਹੀਂ ਹੁੰਦਾ ਦੂਜੀ ਉਹਦੀ ਮਾਰਕੀਟ ਨਹੀਂ ਹੁੰਦੀ ਹੈ ਕਿਉਂਕਿ ਹੋਰ ਕਿਸੇ ਚੀਜ਼ ਦੀ ਪਰਚੇਜ ਨਹੀਂ ਹੈ ਉਹ ਮਾਰਕੀਟ ਦੇ ਵਿੱਚ ਉਹਦੀ ਕੀਮਤ ਡਾਊਨ ਚਲੀ ਜਾਂਦੀ ਹੈ ਅਗਰ ਤੁਸੀਂ ਦੂਸਰੀਆਂ ਕ੍ਰੋਪਸ ਦੀ ਮੈਂ ਤਾਂ ਕਹਿੰਦਾ ਫਾਰਮਰਸ ਨੂੰ ਸਬਸਿਡੀ ਜਿਹੜੀ ਐਮ ਐਸ ਪੀ ਮੰਗਣੀ ਚਾਹੀਦੀ ਆ ਅਲਟਰਨੇਟ ਕ੍ਰੋਪ ਦੀ ਮੰਗਣੀ ਚਾਹੀਦੀ ਹੈ ਤਾਂ ਕਿ ਉਸ ਉੱਧਰ ਨੂੰ ਅਸੀਂ ਡਿਵਰਸ ਕਰ ਸਕੀਏ ਔਰ ਇੱਥੋਂ ਝੋਨਾ ਜਿਹਨਾਂ 'ਚ ਖਤਮ ਨਹੀਂ ਹੁੰਦਾ ਉਹਨਾਂ 'ਚ ਸਾਡਾ ਜਿਹੜਾ ਸਾਰਾ ਸਿਲਸਿਲਾ ਅਪਸੈਟ ਹੋਈ ਜਾਂਦਾ ਅਸੀਂ ਪਾਣੀ ਸਾਡਾ ਤਬਾਹ ਹੋਈ ਜਾਂਦਾ ਮਿਲਦਾ ਨਹੀਂ ਹੈ ਔਰ ਅਸੀਂ ਸਾਡੇ ਬੱਚੇ ਕੀ ਪੀਣਗੇ ਪਾਣੀ ਦੇ ਸਵਾਲ 'ਤੇ ਹੈ ਜੀ ਜੀ ਜ਼ਰੂਰਤ ਹੈ ਮੈਂ ਦੋ ਰਿਪੋਰਟਾਂ ਦੇ ਚੁੱਕਾ ਹਾਂ ਔਰ ਇੱਕ ਰਿਪੋਰਟ ਦੇ ਵਿੱਚ ਤਾਂ ਮੈਂ ਗਵਰਨਮੈਂਟ ਨੂੰ ਮਨਾ ਲਿਆ ਸੀਗਾ ਕਿ 16,000 ਕਰੋੜ ਰੁਪਈਆ ਤੁਸੀਂ ਜਿਹੜਾ ਸਾਨੂੰ ਦੇ ਦਿਓ ਅਸੀਂ ਸਭ ਇਸ ਡਿਵਰਸੀਫਾਈ ਡਿਵਰਸੀਫਾਈ ਕਰਾਂਗੇ ਫਾਰਮਰ ਨੂੰ ਕੰਪਨਸੇਟ ਕਰਾਂਗੇ ਔਰ ਕੰਪਨਸੇਟ ਕਰਕੇ ਆਇਲ ਸੀਡ ਦੇ ਪਲਸਿਸ ਦੇ ਬਾਹਰੋਂ 14,000 ਕਰੋੜ ਦੇ ਮੰਗਾਉਣੇ ਆ ਉਹ ਅਸੀਂ ਪ੍ਰੋਡਿਊਸ ਕਰਾਂਗੇ ਗਵਰਨਮੈਂਟ ਮੰਨ ਵੀ ਗਈ ਸੀ ਫੂਡ ਮਿਨਿਸਟਰੀ ਕੋ ਮੈਂ ਆਪ ਜਾ ਕੇ ਮਨਾਇਆ ਫਿਰ ਉਸ ਤੋਂ ਬਾਅਦ ਫਾਰੈਂਸ ਮਿਨਿਸਟਰ ਨੇ ਇੱਥੋਂ ਤੱਕ ਐਗਰੀਕਲਚਰ ਮਿਨਿਸਟਰੀ ਨੂੰ ਪੈਸੇ ਦੇ ਵੀ ਦਿੱਤੇ ਲੇਕਿਨ ਸਾਡੇ ਤੋਂ ਕੋਈ ਪੋਲੀਟੀਕਲ ਐਕਸ਼ਨ ਨਹੀਂ ਹੋਇਆ ਕਿਸੇ ਐਡਮਿਨਿਸਟ੍ਰੇਟਿਵ ਨੇ ਉਹਨੂੰ ਫੋਲੋ ਨਹੀਂ ਕੀਤਾ ਉਹ ਸਾਰਾ ਪੈਸਾ ਲਿਆ ਹੋ ਗਿਆ ਇੰਟਰਸਟ ਹੀ ਨਹੀਂ ਹੈ ਦੂਜੇ ਪਾਸੇ ਜਾਣ ਦਾ ਰੋਲ ਤਾਂ ਆਇਆ ਜੀ 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 ਗਵਰਨਮੈਂਟ ਸਿਰਫ ਇਹਨਾਂ ਵੀ ਅਗਲਾ ਤੁਸੀਂ ਆਪਣੀ ਵੋਟਾਂ ਲੈ ਲਓ ਤਾਂ 5-7 ਛਿੱਤਰ ਮਾਰੋ ਆਹ ਗੱਲ ਸੁਤਰਾ ਆਹ ਪ੍ਰੋਬਲਮ ਹੈ ਵਿਚਾਰਾ ਕੋਈ ਨਹੀਂ ਡਾਕਟਰ ਸਾਹਿਬ ਬੜੇ ਇੰਪੋਰਟੈਂਟ ਕੁਐਸਚਨ ਹੈ ਇਹਨਾਂ ਵਿੱਚੋਂ ਨਿਕਲ ਕੇ ਆਏ ਤੇ ਮੇਰੇ ਕੋਲ ਵੀ ਆ ਪਰ ਆਪਾਂ ਨੂੰ ਸਿਰਫ ਥੋੜੇ ਟਾਈਮ ਲਈ 1 ਜਾਂ 2 ਮਿੰਟ ਲਈ ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ ਆਪਾਂ ਇਸੇ ਤਰ੍ਹਾਂ ਬਣੇ ਰਵਾਂਗੇ ਹਾਂਜੀ ਦਰਸ਼ਕੋ ਆਪਾਂ ਲੈਣੇ ਇੱਕ ਛੋਟੀ ਜੀ ਬ੍ਰੇਕ ਤੇ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਦਿਸ ਇਜ਼ ਜਸ ਬ੍ਰੌਡਕਾਸਟਿੰਗ ਐਂਡ ਯੂ ਆਰ ਵਾਚਿੰਗ ਜਸ ਪੰਜਾਬੀ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਤੇ ਮੈਂ ਤੁਹਾਡਾ ਗੁਰਲਾਲ ਹਾਜ਼ਰ ਹੁੰਦਾ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਆਪਣੇ ਨਾਲ ਜੁੜੇ ਹੋਏ ਨੇ ਓਨਰੇਬਲ ਡਾਕਟਰ ਸਰਦਾਰਾ ਸਿੰਘ ਜੌਲ ਜੀ ਉਹਨਾਂ ਨੇ ਬੜੀ ਬੜੇ ਤਰੀਕੇ ਨਾਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਬਸਿਡੀਜ਼ ਪਹਿਲਾਂ ਗੌਰਮੈਂਟ ਤੋਂ ਅਪਰੂਵ ਕਰਵਾ ਕੇ ਕਈ ਗੱਲਾਂ ਤੋਂ ਸਬਸਿਡੀ ਸਿੱਧੀਆਂ ਖਾਤੇ ਕਿਸਾਨ ਦੇ ਖਾਤੇ 'ਚ ਪਾ ਕੇ ਉਸ ਤੋਂ ਬਾਅਦ ਜਿਹੜਾ ਕ੍ਰੋਪ ਦੀ ਡਿਵਰਸੀਫਿਕੇਸ਼ਨ ਲਈ ਜਿਹੜਾ ਖਰਚਾ ਹੋਊਗਾ ਉਹ ਕਿਸਾਨ ਚੱਕ ਸਕਦਾ ਕਿਉਂਕਿ ਉਹਦੇ ਅਕਾਊਂਟ 'ਚ ਪੈਸੇ ਹੈ ਅਤੇ ਪੂਰਾ ਸਿਸਟਮ ਚੇਂਜ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਕਿਹਾ ਇਹਦੇ ਨਾਲ ਪਾਣੀ ਦਾ ਖਰਚਾ ਖਾਸ ਕਰਕੇ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ ਕਿ ਆਪਾਂ ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ ਥੋੜ੍ਹਾ ਪਾਰਟ ਛੱਡ ਕੇ ਇਕੱਲਾ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਜਿਹੜਾ ਦਾਨ ਦੀ ਜਿਹੜੀ ਝੋਨੇ ਦੀ ਫਸਲ ਹੁੰਦੀ ਆ ਉਹਦੇ 'ਤੇ 1 ਸਤਲੁਜ ਦਰਿਆ ਲੱਗ ਜਾਂਦਾ 1 ਸਤਲੁਜ ਦਰਿਆ ਅਤੇ ਆਉਣ ਵਾਲੀਆਂ ਜਨਰੇਸ਼ਨ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਉਹ ਜਨਰੇਸ਼ਨਾਂ ਲਈ ਕੋਈ ਜਿਹੜਾ ਪਾਣੀ ਨਹੀਂ ਬਚੇਗਾ ਤਾਂ ਉਦੋਂ ਫਿਰ ਆਪਾਂ ਨੂੰ ਡਿਵਰਸੀਫਿਕੇਸ਼ਨ ਕ੍ਰੋਪ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ ਉਹ ਆਪਾਂ ਕਿਉਂ ਨਾ ਹੁਣੇ ਹੀ ਕਰ ਲਈਏ ਅਤੇ ਉਹਦੇ ਉੱਤੇ ਐਮ ਐਸ ਪੀ ਨਾ ਮੰਗ ਕੇ ਆਪਾਂ ਗੌਰਮੈਂਟ ਤੋਂ ਸਬਸਿਡੀ ਮੰਗ ਲਈਏ ਪਰ ਕੁਐਸਚਨ ਆਪਣੇ ਕੋਲ ਹੋਰ ਨੇ ਡਾਕਟਰ ਸਾਹਿਬ ਆਪਣੇ ਨਾਲ ਜੁੜੇ ਹਨ ਡਾਕਟਰ ਸਾਹਿਬ ਮੇਰਾ ਕੁਐਸਚਨ ਇਹ ਆਪਾਂ ਤੁਸੀਂ ਸਮਝਾਤਾ ਐਮ ਐਸ ਪੀ ਦਾ ਤੁਸੀਂ ਸਮਝਾਤਾ ਮੈਂ ਕੋਸ਼ਿਸ਼ ਕਰੂੰਗਾ ਮੇਰੇ ਨਾਲਦਿਆਂ ਨੂੰ ਹੋਰ ਜਿੱਦਾਂ ਤੁਸੀਂ ਕਿਹਾ ਮੈਂ ਉਹਦਾ ਸਮਝਾਉਣ ਦੀ ਕੋਸ਼ਿਸ਼ ਦੁਬਾਰਾ ਕਰੂੰਗਾ ਆਪਾਂ ਦੂਜੇ 'ਤੇ ਆਉਂਦੇ ਐਸੈਂਸ਼ੀਅਲ ਕਮੋਡਿਟੀ ਟੈਕਸ 'ਤੇ ਜਿਹੜੇ ਖਦਸ਼ੇ ਨੇ ਸਾਰਿਆਂ ਦੇ ਉਹ ਇਹ ਹੈ ਕਿ ਜਿਹੜੇ ਕਾਰਪੋਰੇਟ ਹਾਊਸਿਸ ਆ ਉਹ ਆਪਦੇ ਵੱਡੇ ਵੱਡੇ ਗੋਦਾਮ ਵੀ ਬਣਾ ਰਿਹਾ ਨੌਰਥਨ ਪਾਰਟ ਆਫ ਇੰਡੀਆ 'ਚ ਸਾਊਥ 'ਚ ਸ਼ਾਇਦ ਹੋਣਗੇ ਉਹਨਾਂ ਦੇ ਆਪਾਂ ਨੂੰ ਵੀ ਪਤਾ ਉਹ ਇਹ ਕਹਿ ਰਿਹਾ ਹੈ ਕਿ ਬਿਨਾਂ ਐਮ ਐਸ ਪੀ ਤੋਂ ਜਿਹੜੀ ਫਸਲ ਖਰੀਦ ਕੇ ਉਹਨੂੰ ਪ੍ਰੋਸੈਸ ਕਰਕੇ ਉਹ ਫੋਰ ਐਗਜ਼ਾਮਪਲ ਮੱਕੀ ਦੀ ਲੈ ਲਈਏ ਜੇ 700-800 ਰੁਪਏ ਨੂੰ ਬਿਨਾਂ ਐਮ ਐਸ ਪੀ ਤੋਂ ਮਿਲ ਜਾਂਦੀ ਹੈ ਕੁਇੰਟਲ ਅਤੇ ਉਹਨੂੰ ਪ੍ਰੋਸੈਸ ਕਰਕੇ 1 ਕਿਲੋ ਦਾ ਪੈਕਟ ਸੋਹਣਾ ਜਿਹਾ ਬਣਾ ਕੇ ਕਾਰਪੋਰੇਟ ਹਾਊਸਿਸ ਵੱਲੋਂ ਆਪਦੇ ਹੀ ਗੋਦਾਮ ਦੇ ਵਿੱਚ ਉਹਨੂੰ 300-400 ਰੁਪਏ ਕਿਲੋ ਦਾ ਪੈਕਟ ਵੇਚਿਆ ਜਾਊਗਾ ਯਾਨੀ 100 ਕਿਲੋ ਖਰੀਦ ਕੇ 800 ਰੁਪਏ 'ਚ ਅਤੇ ਪ੍ਰੋਸੈਸ ਕਰਕੇ ਵਧੀਆ ਰੰਗੀਨ ਲਿਫਾਫੇ 'ਚ ਪਾ ਕੇ 400 ਰੁਪਏ ਕਿਲੋ ਨੂੰ ਜੇ ਵੇਚਿਆ ਜਾਊਗਾ ਤਾਂ ਉਹਦੇ ਉੱਤੇ ਕਿਸਾਨ ਦੇ ਨਾਲ ਨਾਲ ਪੂਰਾ ਕੰਜ਼ਿਊਮਰ ਵੀ ਹਰਟ ਨਾ ਹੋਊਗਾ ਇਹ ਇਹ ਖਦਸ਼ੇ ਨੇ ਜੀ ਸਰ ਇਹਦੇ 'ਚ ਕਲੈਰੀਫਿਕੇਸ਼ਨ ਥੋੜ੍ਹਾ ਐਲਾਬਰੇਟ ਕਰੋਗੇ ਦੇਖੋ ਗੱਲ ਆ ਦੇਖੋ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਗਵਰਨਮੈਂਟ ਨੇ ਪੂਰਾ ਮਿਸਯੂਜ਼ ਕੀਤਾ ਤੁਹਾਨੂੰ ਪਤਾ ਹੈ ਕਿ ਜਦੋਂ ਗਵਰਨਮੈਂਟ ਨੂੰ ਦਾਣਿਆਂ ਦੀ ਲੋੜ ਸੀ ਉਸ ਵੇਲੇ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਐਕਟ ਦੇ ਵਿੱਚ ਜਿਹੜਾ ਕੋਈ ਦਾਣਾ ਸਟੋਰ ਨਹੀਂ ਸੀ ਕਰ ਸਕਦਾ ਕੋਈ ਉਹਨਾਂ 'ਚੋਂ ਉਹ ਸਟੋਰ ਦੇ ਉੱਤੇ ਜੇ ਉਹਨਾਂ ਨੂੰ ਕੋਈ ਕਰਜ਼ਾ ਨਹੀਂ ਸੀ ਮਿਲ ਸਕਦਾ ਸੋ ਸਾਰੀ ਪ੍ਰਾਈਵੇਟ ਓਪਰੇਟਰ ਜਿਹੜੇ ਸੀ ਉਹਨਾਂ ਬਾਹਰ ਕੱਢ ਦਿੱਤੇ
ਉਹ ਕੀਮਤ ਨੂੰ ਐਮ ਐਸ ਪੀ 'ਤੇ ਰੱਖਣ ਵਾਸਤੇ। ਫਿਰ ਇਹਨਾਂ ਨੇ ਇਹ ਲਾਤਾ ਹਰ ਡਿਸਟ੍ਰਿਕਟ ਤੋਂ ਬਾਅਦ ਪ੍ਰੋਡਿਊਸ ਨਹੀਂ ਜਾ ਸਕਦੀ। ਟ੍ਰੇਡਰਸ ਨੂੰ ਉਹਨਾਂ ਨੇ ਗੱਡੀਆਂ ਨਹੀਂ ਦਿੱਤੀਆਂ ਕਿ ਕਿਉਂ, ਕਿਉਂਕਿ ਚਾਹੁੰਦੇ ਵੀ ਕੀਮਤ ਜਿਹੜੀ ਉੱਪਰ ਨਾ ਵਧੇ। ਸੋ ਗੌਰਮੈਂਟ ਨੇ ਪੂਰਾ ਐਕਸਪਲੋਇਟ ਕਰਕੇ ਐਮ ਐਸ ਪੀ ਦੇ ਉੱਤੇ ਇਹ ਫੂਡ ਸੀ। ਪਰਵਿੰਦਰ ਸਿੰਘ ਮਾਨ ਜਿਹੜਾ ਉਸ ਵੇਲੇ ਪ੍ਰੈਜੀਡੈਂਟ ਸੀਗਾ ਬੀ ਜੇ ਯੂ ਦਾ, ਉਹ ਉਸ ਇੱਥੋਂ ਟਰਾਲੀਆਂ ਦਾ ਟਰੈਕਟਰਾਂ ਦਾ ਕਾਫਲਾ ਲੈ ਕੇ ਦਿੱਲੀ ਗਿਆ ਸੀ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਖਤਮ ਕਰਨ ਵਾਸਤੇ। ਅੱਜ ਉਹ ਖਤਮ ਹੋ ਗਈ ਹੈ ਅਤੇ ਕੰਮ ਪੁੱਠਾ ਹੋ ਗਿਆ। ਸੋ ਇਹ ਜਿਹੜਾ ਸਵਾਲ ਇਹ ਨਹੀਂ ਹੈ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਲੱਗਾ ਜਾਂ ਨਹੀਂ ਲੱਗਾ, ਸਵਾਲ ਤਾਂ ਨੀਅਤ ਕੀ ਹੈ। ਦੂਜੀ ਗੱਲ ਇਹ ਆ ਕਿ ਜਿੱਥੋਂ ਤੱਕ ਇੱਕ ਪ੍ਰੋਡਿਊਸਰ ਨਹੀਂ ਇੱਕ ਉਹਦਾ ਪ੍ਰੋਡਕਟ ਹੁੰਦਾ ਜੀ। ਪ੍ਰੋਡਿਊਸ ਹੈ ਮੱਕੀ, ਜਿਹੜੀਆਂ ਬਾਕੀ ਚੀਜ਼ਾਂ ਨੇ ਉਹਦਾ ਪ੍ਰੋਡਕਟ ਹੈ। ਉਹਨੂੰ ਕੋਈ ਵੀ ਪ੍ਰੋਸੈਸ ਕਰ ਲੈ। ਫਾਰਮ ਜਿਹੜੀਆਂ ਨੇ ਫਾਰਮ ਪ੍ਰੋਡਿਊਸਰ ਕੰਪਨੀਆਂ ਵੀ ਬਣ ਸਕਦੀਆਂ। ਸੋਚ ਵੀ ਸਾਰੀਆਂ ਬਣੀਆਂ, ਅਸੀਂ ਕਿਉਂ ਨਹੀਂ ਬਣਾ ਸਕਦੇ? ਅਸੀਂ ਕਿਉਂਕਿ ਸਾਡੀ ਪ੍ਰੋਬਲਮ ਇਹ ਆ ਕਿ ਜਿਹੜੇ ਪੰਜਾਬੀ ਆ ਇੰਡੀਵਿਜੁਅਲਿਸਟ ਹੈ, ਇੱਕ ਕੋਪਰੇਟ ਨਹੀਂ ਕਰਦਾ ਇੱਕ ਦੂਜੇ ਨਾਲ, ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ। ਜੇ ਇਹ ਆਪਣਾ ਫਾਰਮਰ ਪ੍ਰੋਡਿਊਸ ਕੰਪਨੀ ਬਣਾ ਲੈਣ, ਇਹ ਕੰਮ ਉਹ ਕਰ ਸਕਦੇ। ਹੈਗੀਆਂ ਦੋ ਚਾਰ ਕੰਪਨੀਆਂ ਮੈਂ ਦੇਖੀਆਂ ਪ੍ਰੋਡਕਟ ਕਿਤੇ ਬਹੁਤ ਵਧੀਆ ਵਧੀਆ ਬਣਾਉਂਦੇ ਆ, ਦੇ ਕੈਨ ਡੂ ਦੇਮ ਸੈਲਫ ਆਓ। ਲੇਕਿਨ ਉਹ ਜਿਹੜਾ ਕਰੂਗਾ ਭਾਈ ਉਹਨੇ ਤਾਂ ਇਹ ਪੈਸਾ ਇਹ ਕਮਾਉਣਾ ਹੀ ਹੈ, ਹੈ ਚਾਹੇ ਉਹ ਕਾਰਪੋਰੇਟ ਰੋਡ, ਚਾਹੇ ਵੱਡੀ ਇੰਡਸਟਰੀ ਰੋਡ, ਚਾਹੇ ਇੰਡੀਵਿਜੁਅਲ ਹੋਵੇ। ਅੱਜ ਜਿੰਨੀ ਦੇਰ ਫਾਰਮਰ ਆਪਣੇ ਹੱਥ ਵਿੱਚ ਇਹਨਾਂ ਦੀ ਆਪਣੀਆਂ ਕੰਪਨੀ ਬਣਦਾ, ਉਹਨੇ ਤਾਂ ਇੱਕ ਚੀਜ਼ ਲੈਣੀ ਆਫਟਰ ਪ੍ਰੋਡਿਊਸਰ ਕਿਤੇ ਡਿਸਪੋਜ਼ਲ ਤਾਂ ਕਰਨੀ ਹੈ ਨਾ। ਜੀ 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 ਜੀ, ਜੇ ਮੈਂ ਨਹੀਂ ਕਰਦਾ ਤਾਂ ਕੋਈ ਹੋਰ ਕਰੂਗਾ। ਸੋਦੇ ਇਹ ਦੂਜੀ ਗੱਲ ਇਹ ਆ ਕਿ ਇਨਵੈਸਟਮੈਂਟ ਜਿਹੜੇ ਤੋਂ ਬਗੈਰ ਕੋਈ ਜਿਹੜੀ ਆ ਕਦੇ ਤਰੱਕੀ ਨਹੀਂ ਹੁੰਦੀ ਹੁੰਦੀ। ਸਾਡਾ ਇਸ ਵੇਲੇ ਇਨਵੈਸਟਮੈਂਟ ਦਾ ਮਾਹੌਲ ਸਾਰਾ ਖਤਮ ਹੋ ਚੁੱਕਾ। ਉਹ ਜੇਕਰ ਇਨਵੈਸਟਮੈਂਟ ਕਿਹਦੀ ਕਰਨੀ ਹੈ? ਇਨਵੈਸਟਮੈਂਟ ਤਾਂ ਕੋਈ ਇੰਡਸਟਰੀ ਹਾਊਸ ਹੀ ਕਰਨਗੇ ਨਾ, ਜੇ ਕੋਈ ਪੈਸਾ ਉਹੀ ਕਰੂਗਾ ਨਾ। ਜੇ ਉਹ ਨਹੀਂ ਕਰੇਗਾ ਤਾਂ ਕੌਣ ਕਰੇਗਾ? ਹੁਣ ਤੁਹਾਡੇ ਯੂ ਐਸ ਏ ਦੇ ਵਿੱਚ ਕੀ ਕਾਰਪੋਰੇਸ਼ਨ ਹੈ ਨਹੀਂ ਕਿ ਉਹ ਕਿਉਂ ਸਟੋਰ ਨਹੀਂ ਕਰਦੀਆਂ, ਕਿ ਉਹ ਕੰਟੈਕਟ ਨਹੀਂ ਕਰਦੀਆਂ? ਹੈ ਸੋ ਜੇ ਕਹਿੰਦੇ ਜੀ ਉੱਥੇ ਮੈਨੂੰ ਕਹੇ ਕਿ ਦੇਖੋ ਜੀ ਉੱਥੇ ਸਮਾਲ ਫਾਰਮ ਕਰ ਦੋਗੇ, ਮੈਂ ਫਿਰ ਤੁਸੀਂ ਕਿਉਂ ਦੌੜਦੇ ਉੱਥੇ ਨੂੰ? ਮੈਂ ਕਿਹਾ ਇੱਥੇ ਤੁਹਾਨੂੰ ਖੋਲਦੇ ਹੋ ਸਾਰਾ ਪੰਜਾਬ ਹੀ ਉੱਥੇ ਜਾਵੇ। ਹੈ ਸਵਾਲ ਤਾਂ ਇਹ ਹੈ ਕਿ ਦੇਖਣਾ ਅੱਗੇ ਆ ਕਿ ਜੇ ਸਾਡੇ ਅਸੀਂ ਜੋ ਸਾਨੂੰ ਇਹ ਐਕਟ ਮਨਜ਼ੂਰ ਨਹੀਂ, ਸਾਨੂੰ ਕੀ ਹੋਣਾ ਚਾਹੀਦਾ? ਸਾਡੇ ਕੀ ਕੀ ਬੰਦਿਸ਼ਾਂ ਹੋਣੀ ਚਾਹੀਦੀਆਂ, ਕੀ ਜਿਹੜੀਆਂ ਉਹਦੀਆਂ ਜਿਹੜੀਆਂ ਕੰਡੀਸ਼ਨ ਕੀ ਹੋਣੀ ਚਾਹੀਦੀਆਂ, ਉਹ 'ਤੇ ਕੰਮ ਕਰੋ। ਔਰ ਆਪਣਾ ਤੁਸੀਂ ਫਾਰਮਰ ਆਰਗਨਾਈਜੇਸ਼ਨ ਨੂੰ ਠੀਕ ਕਰੋ, ਮੁਕਾਬਲਾ ਕਰੋ ਫੜ ਕੇ ਰੱਖ ਕੇ, ਅਤੇ ਬੜਾ ਆਰਾਮ ਜਿਹੜਾ ਹੋ ਜੂਗਾ। ਅਤੇ ਪੰਜਾਬ ਇਸ ਵੇਲੇ ਭਾਈ ਸਾਹਿਬ 2 ਮਿਲੀਅਨ ਟਨ ਜਿਹੜੀ ਆ ਮੱਕੀ ਬਾਹਰੋਂ ਇੰਪੋਰਟ ਕਰਦਾ, ਬਾਕੀ ਸਟੇਟਾਂ 'ਚੋਂ ਫੀਡ ਵਾਸਤੇ, ਮੁਰਗੀਆਂ ਵਾਸਤੇ, ਐਨੀਮਲ ਵਾਸਤੇ, ਕੀ ਅਸੀਂ ਆਪ ਪ੍ਰੋਡਿਊਸ ਕਰਕੇ ਆਪ ਨਹੀਂ ਕਰ ਸਕਦੇ? ਲੇਕਿਨ ਸਾਡਾ ਸਿਸਟਮ ਨਹੀਂ ਹੈ, ਸਿਸਟਮ ਵੱਲ ਤਾਂ ਕੋਈ ਦੇਖਦਾ ਹੀ ਨਹੀਂ। ਇਸ ਕਰਕੇ ਐਮ ਐਸ ਪੀ 18.5 ਜੀ, ਮੱਕੀ ਵਿਕੀ 700-800-1100-1100 ਤੋਂ ਵਿਕੀ ਹੈ। ਮੈਂ ਤਾਂ ਸਾਡੀ ਛੋਟੀ ਜਿਹੀ ਔਰਗਨਾਈਜੇਸ਼ਨ ਜੀ ਸੀ ਮੂਹਰੇ ਮੈਂ ਆਪ ਖੜਾ ਹੋ ਕੇ ਧਰਨਾ ਲਾਇਆ ਇਸ ਚੀਜ਼ ਦਾ ਵੀ ਭਾਈ ਜਾਂ ਤਾਂ ਤੁਸੀਂ ਮੱਕੀ ਨੂੰ ਕਿੱਡੋ 18.5 ਜੇ ਡਿਕਲੇਅਰ ਕੀਤੀ ਹੈ, ਨਹੀਂ ਕੀਤੀ ਆ ਡਿਫਰੈਂਸ ਉਹ ਪੈਸੇ ਦਿਓ, ਕੋਈ ਸੁਣਦਾ ਨਹੀਂ ਫਿਰ ਸੁਣਦੇ ਨਾ। ਸਰਕਾਰ ਦੀ ਐਵਰੀ ਸਿਸਟਮ ਕੈਨ ਬੀ ਕੁਰੈਕਟ, ਕੋਈ ਚੀਜ਼ ਐਸੀ ਨਹੀਂ ਜਿਹੜੀ ਕੁਰੈਕਟ ਹੁੰਦੀ, ਕੋਈ ਮਸਲਾ ਐਸਾ ਨਹੀਂ ਜਿਹੜਾ ਜਿਹੜਾ ਹੱਲ ਨਹੀਂ ਹੋ ਸਕਦਾ। ਲੇਕਿਨ ਸਿੰਸੈਰਿਟੀ ਤਾਂ ਹੋਵੇ, ਸਿੰਸੈਰਿਟੀ ਤਾਂ ਉਹੀ ਗੱਲ ਗੱਲ ਨੀਤ ਤੇ ਆਉਂਦੀ ਹੈ ਨਾ ਜੀ। ਮੈਂ ਤੁਹਾਨੂੰ ਬੇਨਤੀ ਕਰਾਂ, ਪ੍ਰੋਬਲਮ ਸਾਡੀ ਵੀ ਆ ਕਿ ਵੀ ਹੈਵ ਓਨਲੀ ਪੋਲੀਟੀਸ਼ੀਅਨਸ ਜਿਹੜਾ ਇਮੀਡੀਏਟਲੀ ਬੋਰਡ ਦੀ ਸੋਚਦੇ ਆ, ਵੀ ਡੋਂਟ ਹੈਵ ਸਟੇਟਸਮੈਨ। ਫਰਕ ਇਹਨਾਂ ਹੁੰਦਾ ਜਿਹੜਾ ਪੋਲੀਟੀਸ਼ੀਅਨ ਹੈ ਉਹ ਇਮੀਡੀਏਟ ਇਲੈਕਸ਼ਨ ਵਾਇਜ਼ ਸੋਚਦਾ, ਜਾਂ ਸਟੇਟਸਮੈਨ ਅਗਲੀ ਜਨਰੇਸ਼ਨ ਵਾਇਜ਼ ਸੋਚਦਾ, ਉਹ ਸਾਡੇ ਪਏ ਨੇ। ਤਾਂ ਬੇਸਿਕਲੀ ਮੈਂ ਜੇ ਡਾਕਟਰ ਸਾਹਿਬ ਜੇ ਮੈਂ ਸਮਰਾਈਜ਼ ਕਰਾਂ ਐਸੈਂਸ਼ੀਅਲ ਕਮਿਊਨਿਟੀ ਤੇ, ਤੁਸੀਂ ਇਹ ਕਰੈਕਟ ਮੀ ਇਫ ਆਮ ਰੋਂਗ, ਤੁਸੀਂ ਇਹ ਕਹਿ ਰਹੇ ਹੋ ਕਿ ਉੱਥੇ ਗਵਰਨਮੈਂਟ ਨੇ ਐਕਸਪਲੋਇਟ ਕੀਤਾ ਕਿ ਇਹ ਐਸੈਂਸ਼ੀਅਲ ਕਮਿਊਨਿਟੀ ਬਣਾਉਣ ਵੇਲੇ, ਪਰ ਇਹਦੇ ਵਿੱਚ ਜੇ ਸੋਧ ਹੋ ਜਾਵੇ ਤਾਂ ਆਪਾਂ ਕ੍ਰੋਪ ਕਰਾ ਲਓ ਸੋਧ। ਹਾਂਜੀ, ਆਪਾਂ ਇੱਕ ਸੋਧ ਹੈਗੀ ਆ, ਹਾਂਜੀ, ਇੱਕ ਸੈਕਟਰ ਲੈਵਲ ਤੋਂ ਉੱਤੇ ਨਹੀਂ ਜਾ ਸਕਦੇ ਜੇ ਉਹਨਾਂ ਨੇ ਕਿ ਜਿਹੜੀਆਂ ਹੈਗੀਆਂ ਪੈਨਸ਼ਨ ਕਮੋਡਿਟੀ ਔਰ ਜਿਹੜੀ ਨਾਨ ਪੈਨਸ਼ਨ ਕਮੋਡਿਟੀ ਉਹਨੇ ਕੀਮਤ ਰੱਖਿਆ, ਵੀ ਇੰਨੀ ਅਗਰ ਕੀਮਤ ਵੱਧ ਜਾਏ ਤਾਂ ਗੌਰਮੈਂਟ ਜਿਹੜੀ ਆ ਉਹ ਕਲੈਂਪ ਡਾਊਨ ਕਰ ਦੇਗੀ ਇਹ ਪ੍ਰੈਕਟਿਸ, ਉਹਨੂੰ ਘੱਟ ਵੱਧ ਕਰ ਲਓ। ਲੇਕਿਨ ਅਗਰ ਫਰਜ਼ ਕੀਤਾ ਕੋਈ ਵੀ ਟ੍ਰੇਡ ਉਹ ਸਟੋਰ ਕਰ ਹੀ ਨਹੀਂ ਸਕਦਾ ਤਾਂ ਖਰੀਦੂ ਕਿਉਂ, ਕਾਹਦੇ ਲਈ ਖਰੀਦੂ?
ਤੁਸੀਂ ਸਵਾਲ ਤਾਂ ਐਕਸਟ੍ਰੀਮ ਨਹੀਂ ਹੋਣੀ ਚਾਹੀਦੀ ਜੋ ਵਰਕੇਬਲ ਕੰਡੀਸ਼ਨ ਆ ਉਹ ਹੋਣੀ ਚਾਹੀਦੀ ਹੈ ਤੇ ਉਹ ਉਹਦੇ ਤੁਸੀਂ ਸੋਧ ਕਰ ਲਓ ਐਕਟ ਦੇ ਵਿੱਚ ਗਵਰਨਮੈਂਟ ਉਹ ਚ ਕਲਾਸ ਪਾ ਦੇਵੇ ਨਾ ਕਿ ਤੁਸੀਂ ਸਰਟਨ ਅਮਾਊਂਟ ਤੱਕ ਤੁਸੀਂ ਸਟੋਰੇਜ ਕਰ ਸਕਦੇ ਹੋ ਉਸ ਤੋਂ ਉੱਪਰ ਨਹੀਂ ਇਹ ਉਹੀ ਆ ਪਾਈ ਹੋਈ ਆ ਪਾਈ ਹੋਈ ਆ ਲੇਕਿਨ ਇਨਡਾਇਰੈਕਟਲੀ ਪਾਈ ਇਸ ਤਰ੍ਹਾਂ ਜੇ ਕੀਮਤ ਇੰਨੀ ਹੋ ਜਾਏ ਜਿਹੜੀ ਇਨਫਲੇਸ਼ਨ ਓਵਰ ਕਰੂਗਾ ਨੁਕਸਾਨ ਵੀ ਹੋਊਗਾ ਜਿੱਦਾਂ ਹੁਣ ਆਲੂ ਆ ਜੀ ਫਾਰਮਰਾਂ ਨੇ ਆਲੂ ਸਟੋਰ ਕਰ ਲਿਆ ਸਮਰ ਦੇ ਵਿੱਚ ਕੀਮਤ ਉਦੋਂ ਵੀ ਘੱਟ ਗਈ ਨੁਕਸਾਨ ਹੋ ਗਿਆ ਤੁਸੀਂ ਮੈਂ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਐਸੈਂਸ਼ੀਅਲ ਕਮਿਊਨਿਟੀ ਐਕਟ ਤੇ ਤੁਹਾਡਾ ਇਹ ਸਟੈਂਡ ਹੈ ਕਿ ਗਵਰਨਮੈਂਟ ਨੇ ਐਕਸਪਲੋਇਟ ਕੀਤਾ ਪਰ ਉਹਦੇ ਵਿੱਚ ਕਲਾਸ ਪਾਇਆ ਜਾ ਸਕਦਾ ਕਿ ਕਾਰਪੋਰੇਟ ਹਾਊਸ ਸਰਟਨ ਅਮਾਊਂਟ ਤੋਂ ਉੱਪਰ ਸਟੋਰੇਜ ਨਹੀਂ ਕਰ ਸਕਦਾ ਔਰ ਉਹਦੀ ਜਿਹੜੀ ਆ ਤੰਗੀ ਮਾਰਕੀਟ 'ਚ ਨਹੀਂ ਲਿਆ ਕੇ ਉਹਦੇ ਜਿਹੜੀ ਰੀਟੇਲ ਪ੍ਰਾਈਸ ਦੇ ਵਿੱਚ ਕੁਛ ਹੱਦ ਤੱਕ ਹੀ ਉਹ ਵਧਾ ਵਧੀ ਕਰ ਸਕਦਾ ਹੈ ਵਧਾ ਸਕਦਾ ਉਦੋਂ ਉੱਪਰ ਨਹੀਂ ਐਮ ਆਈ ਕਲੀਅਰ ਬਿਲਕੁਲ ਕਲੀਅਰ ਹੈ ਹਾਂਜੀ ਹਾਂਜੀ ਮੈਂ ਕਹਿਣ ਤੋਂ ਬਤਾ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਖਤਮ ਕਰਨ ਦੀ ਬਜਾਏ ਇਸ ਤੇ ਤੁਸੀਂ ਸੋਧਾ ਕਰ ਲੈਣਾ ਮਤਲਬ ਇਹ ਹੈ ਸਮਝ ਗਿਆ ਜਿੰਨੀ ਜੇ ਸਟੋਰੇਜ ਬੰਦਾ ਨਹੀਂ ਕਰ ਸਕਦਾ ਉਹ ਖਰੀਦੂ ਕਿਉਂ ਜੇ ਸਟੋਰੇਜ ਨਹੀਂ ਕਰ ਸਕਦਾ ਤੇ ਕਰਦਾ ਕਿੱਦਾਂ ਲਊਗਾ ਤੁਹਾਨੂੰ ਪਤਾ ਪੰਜਾਬ ਤੇ ਹਰਿਆਣਾ ਦੇ ਖਾਸ ਕਰਕੇ ਜਿੱਥੋਂ ਮੈਂ ਬਿਲੋਂਗ ਕਰਦਾ ਦੇਖੋ ਕੋਈ ਕਿਸੇ ਦਾ ਦਿਮਾਗ ਫਿਰਿਆ ਹੋਊ ਜੇ ਏਦਾਂ ਦੀ ਮੰਡੀ ਕ੍ਰੀਏਟ ਕਰੂ ਕਿਉਂ ਕਰੂ ਉਹ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਆਪ ਖਰੀਦੂਗਾ ਜੇ ਉਹਦੇ ਵਿੱਚ ਪਰਚੇਜ਼ਰ ਤੇ ਸੈਲਰ ਹੈਗੇ ਆ ਤਾਂ ਫਿਰ ਮੰਡੀ ਨਾਲ ਡਿਫਰੈਂਸ ਨਾ ਪੈ ਗਿਆ ਜੇ ਉਹ ਮੰਡੀ ਕ੍ਰੀਏਟ ਕਰੂਗਾ ਤਾਂ ਕੀ ਇਨਵੈਸਟਮੈਂਟ ਨਹੀਂ ਹੋਏਗੀ ਕਿ ਉਹ ਧਰਮ ਖਾਤੇ ਕਰੇਗਾ ਉਹ ਪੈਸੇ ਨਹੀਂ ਲਏਗਾ ਭਾਈ ਸਾਹਿਬ ਏਦਾਂ ਦੀ ਮੰਡੀ ਕੋਈ ਵੀ ਪ੍ਰਾਈਵੇਟ ਇਸ਼ੂ ਨਹੀਂ ਕਰਦਾ ਹੁੰਦਾ ਉਹ ਸਪੈਸੀਫਿਕ ਪ੍ਰੋਡਕਟ ਹੁੰਦੀ ਹੈ ਮੈਂ ਸਿਰਫ ਮਿਸਾਲ ਦਿੰਦਾ ਏਦਾਂ ਦੀ ਮੰਡੀ ਹੁੰਦੀਆਂ ਮੈਂ ਕਿਹਾ ਯੂਨਾਈਟੀ ਇਹ ਕੰਮ ਕਰਦਾ ਸੀ ਮੈਂ ਈਰਾਨ ਦੇ ਵਿੱਚ ਆ ਜਿਹੜਾ ਸ਼ੂਗਰ ਬੀਟ ਹੈ ਉਹਦਾ ਕਾਰਖਾਨਾ ਲਵਾਇਆ ਜੀ ਉਹਨੂੰ ਕਾਰਖਾਨੇਦਾਰ ਨੂੰ ਕਿਹਾ ਵੀ ਤੂੰ ਆਪਣਾ ਸੀਲ ਲਿਆ ਉਹ ਮੋਨੋਜਰਮ ਸੀਲ ਲਿਆ ਉਹਨੇ ਡਿਸਟ੍ਰੀਬਿਊਟ ਕੀਤਾ ਸਾਰੀ ਜਿਹੜੀ ਹੈਗੀ ਉਹਨੂੰ ਟੈਕਨੋਲੋਜੀ ਦਿੱਤੀ ਹਾਰਵੈਸਟ ਟੈਕਨੋਲੋਜੀ ਦਿੱਤੀ ਕੋਈ ਪੈਸਾ ਨਹੀਂ ਲਿਆ ਉਹ ਸਾਹਮ ਰੱਖੀ ਗਿਆ ਜਦ ਪ੍ਰੋਡਿਊਸ ਡਿਲੀਵਰ ਹੋਈ ਉਹਤੋਂ ਬਾਅਦ ਪੈਸਾ ਕੱਢ ਕੇ ਫਾਰਮ ਦਿੱਤਾ ਮੈਂ 1975 ਦੇ ਵਿੱਚ ਹੋਇਆ ਸੀ 2004 ਵਿੱਚ ਜਾ ਕੇ ਦੇਖਿਆ ਵੰਡਰਫੁਲ ਚੱਲ ਰਿਹਾ ਹੈ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਮੈਂ ਬਿਲੋਂਗ ਕਰਦਾ ਸ਼੍ਰੀ ਗੰਗਾਨਗਰ ਡਿਸਟ੍ਰਿਕਟ ਨੂੰ ਜਾਂ ਆਪਣਾ ਉੱਤਰ ਪ੍ਰਦੇਸ਼ ਕਿਤੇ ਵੀ ਇੱਕ ਵੀ ਰਾਤ ਨੂੰ ਆਪਾਂ ਨੂੰ ਐਮਰਜੈਂਸੀ ਹੁੰਦੀ ਹੈ ਆਪਾਂ ਉੱਠ ਕੇ ਆੜਤੀ ਕੋਲ ਚਲੇ ਜਾਂਦੇ ਹਾਂ ਚਾਹੇ ਆਪਾਂ ਉਹ ਐਡਵਾਂਸ ਪੈਸੇ ਚੱਕੀਏ ਜਾਂ ਉਹਦੇ ਵੱਲ ਸਰਪਲਸ ਮਨੀ ਪਈ ਆ ਇੱਕ ਖਦਸ਼ਾ ਹੈ ਕਿ ਇਹ ਜਿਹੜਾ ਜ਼ਿੰਮੇਦਾਰ ਹੈ ਆਪਦੀ ਕੋਈ ਰਾਤ ਨੂੰ ਐਮਰਜੈਂਸੀ ਆ ਗਈ ਜਾਂ ਵਿੱਚ ਕੁੜੀ ਦਾ ਵਿਆਹ ਆ ਗਿਆ ਸਾਲ ਦੇ ਵਿੱਚ ਜਦੋਂ ਫਸਲ ਤਿਆਰ ਨਹੀਂ ਜਾਂ ਹੋਰ ਕੋਈ ਵੀ ਖਰਚਾ ਆ ਗਿਆ ਉਦੋਂ ਉਹ ਪ੍ਰਾਈਵੇਟ ਜਿਹੜੇ ਕਾਰਪੋਰੇਟ ਹਾਊਸਿਸ ਆ ਉਹ ਅਵੇਲੇਬਲ ਹੋਣਗੇ ਉਹਨਾਂ ਨੂੰ ਖਰਚਾ ਦੇਣ ਲਈ ਇਹਦੇ ਉੱਤੇ ਥੋੜ੍ਹਾ ਜਿਹਾ ਐਲਾਬੋਰੇਟ ਕਰੋ ਦੇਖੋ ਮੈਂ ਇਹ ਸੱਚ ਚੱਲੇ ਕਿ ਆੜਤੀਆ ਸਿਸਟਮ ਖਤਮ ਕਰਤਾ ਜਾਵੇ ਆੜਤੀ ਵੀ ਨਾਲ ਗੱਲ ਬਣਨੀ ਇਹ ਫਰਕ ਨਾ ਆਪਾਂ ਹੋਰ ਵੀ ਮੰਡੀ ਚੱਲੂ ਕਿ ਉਹ ਬੰਦਾ ਆਪ ਆ ਕੇ ਖਰੀਦੂਗਾ ਉਹਦੇ ਵਿਚੋਲੇ ਨਹੀਂ ਹੋਣਗੇ ਵਿੱਚ ਉਹ ਆੜਤੀਏ ਨਹੀਂ ਹੋਣਗੇ ਆੜਤੀਏ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਸਿਰਫ ਫਰਕ ਇੰਨਾ ਆ ਆੜਤੀਏ ਦੀ ਜਿਹੜੀ ਲੋੜ ਇਹ ਹੁੰਦੀ ਆ ਕਿ ਉਹਨੂੰ ਪ੍ਰੋਡਿਊਸਰ ਦਾ ਪਤਾ ਉਹਨੂੰ ਕੰਜ਼ਿਊਮਰ ਦਾ ਪਤਾ ਉਹਨੂੰ ਵੇਚਣ ਵਾਲੇ ਦਾ ਪਤਾ ਉਹਨੂੰ ਖਰੀਦਣ ਵਾਲੇ ਦਾ ਪਤਾ ਵੇਚਣ ਵਾਲੇ ਨੂੰ ਨਹੀਂ ਪਤਾ ਵੀ ਜਿਹੜਾ ਆਪਣਾ ਖਰੀਦਣ ਵਾਲਾ ਕੌਣ ਹੈ ਖਰੀਦਣ ਵਾਲੇ ਨੂੰ ਪਤਾ ਕਿਹੜੀ ਪ੍ਰੋਡਕਟ ਹੈ ਉਹ ਇੱਕ ਵਿਚੋਲਾ ਹੈ ਵਿੱਚੋਂ ਦੇ ਜੇ ਇਹ ਪਤਾ ਆ ਕਿ ਗੌਰਮੈਂਟ ਜਿਹੜੀ ਪਰਚੇਜ਼ ਕਰਦੀ ਆ ਫਾਰਮਰ ਤੋਂ ਡਾਇਰੈਕਟ ਲੈਂਦੀ ਆ ਫਿਰ ਜਿਹੜੀ ਆ ਉਹ ਜਿਹੜੀ ਕਮਿਸ਼ਨ ਦਾ ਕੋਈ ਮਹਿਰਾ ਨਹੀਂ ਬਣਦਾ ਲੇਕਿਨ ਮੈਂ ਇਸ ਹੱਕ 'ਚ ਆ ਕਿ ਕਮਿਸ਼ਨ ਏਜੰਟ ਚਾਹੀਦੇ ਆ ਔਰ ਕਿਉਂਕਿ ਫਾਰਮਰ ਨਾਲ ਇੱਕ ਕ੍ਰੈਡਿਟ ਵੀ ਉਹਨਾਂ ਬਣਿਆ ਹੋਇਆ ਵੇਲੇ ਕਵੇਲੇ ਕਰਦਾ ਲੇਕਿਨ ਉਹਨਾਂ ਨੂੰ ਵਿੱਚ ਕੋਈ ਕੰਟਰੋਲ ਹੋਣਾ ਚਾਹੀਦਾ ਕਿ ਉਹ ਐਕਸਪਲਾਇਟ ਨਾ ਹੋਵੇ ਫਾਰਮਰ ਬਸ ਆਹੀ ਗੱਲ ਹੈ
ਮੈਂ ਤੁਹਾਡੀ ਗੱਲ ਸਮਝ ਗਿਆ। ਮੈਂ ਫਟਾਫਟ ਕਲੀਅਰ ਕਰਦਾ ਦਰਸ਼ਕਾਂ ਨਾਲ ਕਿ ਤੁਸੀਂ ਇਸ ਹੱਕ ਦੇ ਵਿੱਚ ਨਹੀਂ ਹੋ ਕਿ APMC ਮੰਡੀ ਖਤਮ ਹੋਵੇ। ਇਹ ਸਿਰਫ ਹੈਗਾ ਕਿ ਵਿੱਚ ਜਿਹੜਾ ਕਮਿਸ਼ਨ ਆੜਤੀਆ ਬਣਾਉਂਦਾ ਉਹ ਵੀ ਬਣਾਉਂਦਾ ਰਹੇ, ਪਰ ਕੁਛ ਨਾ ਕੁਛ ਉਹਦੇ ਉਹਦੇ ਵਿੱਚ ਚੇਂਜਸ ਜ਼ਰੂਰੀ ਨੇ। ਜੇ ਪ੍ਰਾਈਵੇਟ ਵਾਲਾ ਆਊਗਾ ਤਾਂ ਉਹਦੇ ਉੱਤੇ ਪ੍ਰੈਸ਼ਰ ਬਿਲਡ ਹੋਊਗਾ, ਪਰ ਜਿਹੜਾ ਮੈਂ ਇੱਕ ਗੱਲ ਕਰਾਂ, ਪਹਿਲਾਂ 1% ਕਮਿਸ਼ਨ ਹੁੰਦਾ ਸੀ ਜੀ, ਉਹ ਸਾਡੀ ਯੂਨੀਵਰਸਿਟੀ ਨੇ ਉਦੋਂ ਮੈਂ ਉਹਦੇ ਜਨਰਲ ਡਿਪਾਰਟਮੈਂਟ ਦਾ ਸੀ, ਆੜਤੀਆਂ ਨੇ ਕਿਹਾ ਸਾਨੂੰ 2% ਕਰ ਦਿਓ, ਅਸੀਂ ਉਹ ਨਹੀਂ ਰਿਕਮੈਂਡ ਕੀਤਾ, ਕਹਿੰਦੇ ਜੀ ਕੀਮਤਾਂ ਵੱਧ ਗਿਆ। ਮੈਂ ਕਿਹਾ ਤੁਹਾਡਾ ਪਰਸੈਂਟੇਜ ਹੈ, ਤੁਹਾਡਾ ਵੀ ਨਾਲ ਹੀ ਵੱਧ ਗਿਆ, ਲੇਕਿਨ ਗੌਰਮੈਂਟ ਨੇ ਫਿਰ ਵੀ 2 ਕਰਤਾ, ਉਸ ਤੋਂ ਬਾਅਦ 2.5 ਕਰ ਦਿੱਤਾ। ਡਾਕਟਰ ਸਾਹਿਬ ਆਪਣੇ ਕੋਲ ਆੜਤੀਆਂ ਨੇ ਡਾਕਟਰ ਆਪਣੇ ਕੋਲ ਨਾ ਟਾਈਮ ਬਹੁਤ ਥੋੜ੍ਹਾ ਆ ਅਤੇ ਮੇਰੇ ਕੋਲ ਕੁਐਸਚਨ ਹੈਗੇ ਆ, ਪਰ ਮੈਂ ਦੁਬਾਰਾ ਸੈਸ਼ਨ ਤੁਹਾਡੇ ਨਾਲ ਜ਼ਰੂਰ ਲਾਊਂਗਾ। ਬੜੀ ਚੰਗੀ ਜਾਣਕਾਰੀ, ਬਹੁਤ ਚੰਗੀ ਜਾਣਕਾਰੀ ਤੁਸੀਂ ਸਾਨੂੰ ਦਿੱਤੀ, ਅਸੀਂ ਧੰਨਵਾਦੀ ਹਾਂ ਤੁਹਾਡੇ। ਪਰ ਮੈਂ ਡੈਫੀਨੇਟਲੀ ਤੁਹਾਨੂੰ ਇੱਕ ਸੈਸ਼ਨ ਹੋਰ ਲਾਵਾਂਗੀ, ਕਿਉਂਕਿ ਹਾਲੇ ਰੂਰਲ ਡਿਵੈਲਪਮੈਂਟ ਅਤੇ 1-2 ਚੀਜ਼ਾਂ ਬਹੁਤ ਹੈਗੀਆਂ ਜਿਹੜੀਆਂ ਤੁਹਾਡੇ ਤੋਂ ਨੌਲੇਜ ਅਤੇ ਦਰਸ਼ਕਾਂ ਲਈ ਰੂਬਰੂ ਕਰਨਾ ਬਹੁਤ ਜ਼ਰੂਰੀ ਆ। ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਆਮ ਆ ਵੈਰੀ ਹੈਪੀ ਟੂ ਆਪਣੇ ਵਿਊ ਤੁਹਾਨੂੰ ਦੱਸਦੇ। ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਥੈਂਕ ਯੂ। ਦਰਸ਼ਕੋ, ਇਹ ਸਨ ਓਨਰੇਬਲ ਸਰਦਾਰਾ ਸਿੰਘ ਜੌਲ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ। ਆਪਾਂ ਇਹਨਾਂ ਨੂੰ ਲੈ ਕੇ ਅੱਗੇ ਹੋਰ ਵਧਾਂਗੇ ਜ਼ਰੂਰੀ, ਮੇਰੇ ਕੋਲ ਬਹੁਤ ਚੀਜ਼ਾਂ ਸੀ ਇਹਨਾਂ ਨੂੰ ਪੁੱਛਣ ਲਈ ਹਾਲੇ, ਪਰ ਟਾਈਮ ਦੀ ਪਾਬੰਦੀ ਹੈ ਅਤੇ ਹੋਰ ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਸੀ ਹੋਰ ਇਹਨਾਂ ਚੀਜ਼ਾਂ ਤੋਂ ਹਟ ਕੇ, ਪਰ ਤੁਸੀਂ ਜੋ ਹੈ ਮੈਨੂੰ ਇੰਨਾ ਹੀ ਪਿਆਰ ਦਿੰਦੇ ਰਹੋ ਜਿੱਦਾਂ ਤੁਸੀਂ ਬਾਕੀ ਦੇ ਪ੍ਰੋਗਰਾਮਾਂ ਨੂੰ ਦਿੰਦੇ ਹੋ। ਅਤੇ ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀਗੀ, ਤੁਹਾਡੇ ਜਿਹੜੇ ਆ ਕਮੈਂਟਸ ਦੀ ਵੇਟ ਰਹਿੰਦੀ ਆ। ਆਪਣਾ ਖਿਆਲ ਰੱਖਿਓ, ਮੇਰੇ ਗੁਲਾਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ। This is just